ਬਾਈ ਫਤਿਹ ਸਿੰਘ ਸਾਡੇ ਨਾਲ ਨੇ ਮੂਸੇਵਾਲਾ ਦੀ ਵਾਰ ਦੇ ਵਿੱਚ ਬਾਈ ਦੀ ਆਵਾਜ਼ ਅਫਗਾਨਾਂ ਦੇ ਮਨਾਂ ਵਿੱਚ ਐਡਾ ਡਰ ਸੀਗਾ ਅਫਗਾਨਾਂ ਨੇ ਸਲਵਾਰਾਂ ਪਾਉਣੀਆਂ ਸ਼ੁਰੂ ਕਰ ਦਿੱਤੀਆਂ ਸੀਗਾ ਕਿ ਅਸੀਂ ਔਰਤਾਂ ਲੱਗਾਂਗੇ ਇੰਨਾ ਡਰ ਗਏ ਸੀਗੇ ਇਦਾਂ ਦਾ ਪਹਿਰਾਵਾ ਜੋ ਪਹਿਰਾਵਾ ਉਹਨਾਂ ਨੂੰ ਇਹਦੇ ਆਤੰਕ ਤੋਂ ਬਚਾ ਸਕਦਾ ਤੁਹਾਡੀ ਆਵਾਜ਼ ਆਈ ਮੂਸੇਵਾਲੇ ਦੇ ਗੀਤ 'ਚ ਤੁਹਾਡੇ ਤੱਕ ਤੁਹਾਨੂੰ ਕਿਵੇਂ ਪਤਾ ਲੱਗਾ ਕਿ ਤੁਹਾਡੀ ਦਸ ਕੁ ਵਜੇ ਦਾ ਟਾਈਮ ਆ 10:05 ਪੰਜ ਮਿੰਟ 'ਤੇ ਮੇਰੇ ਟੀਚਰ ਮੇਰੇ ਕੋਲ ਆਉਂਦੇ ਕਹਿੰਦੇ ਸਰ ਤੁਹਾਡੀ ਆਵਾਜ਼ ਆ ਮੂਸੇਵਾਲੇ ਦੇ ਸੌਂਗ ਦੇ ਵਿੱਚ ਅਤੇ ਮੈਨੂੰ ਸੁਣ ਕੇ ਇੱਕ ਵਾਰ ਲੱਗਾ ਕਿ ਅੱਛਾ ਮੇਰੀ ਆ ਫਿਰ ਮੈਂ ਦੁਬਾਰਾ ਸੁਣਿਆ ਅਤੇ ਫਿਰ ਮੈਨੂੰ ਇਹ ਲੱਗਦਾ ਕਿ ਸ਼ਾਇਦ ਗੁਰੂ ਮਹਾਰਾਜ ਜੀ ਨੇ ਮੈਨੂੰ ਇੱਕ ਗਿਫਟ ਦਿੱਤਾ ਸੀਗਾ ਕਿ ਹੋ ਸਕਦਾ ਸੀਗਾ 7 to 8 ਮਿੰਟ ਦਾ ਇਹ ਪੂਰਾ ਸੌਂਗ ਹੁੰਦਾ ਵਾਰ ਸਿੱਧੂ ਮੂਸੇਵਾਲਾ ਜੀ ਦੀ ਦਿਲੀ ਤਮੰਨਾ ਸੀਗੀ ਕਿ ਇਹ ਸੌਂਗ ਸ਼ੂਟ ਹੋਊਗਾ ਅਫਗਾਨਿਸਤਾਨ ਦੇ ਏਰੀਏ 'ਚ ਜਾ ਕੇ ਜਿੱਥੇ ਪ੍ਰੋਪਰ ਇਹ ਘਟਨਾਕ੍ਰਮ ਸੀਗਾ ਪੂਰਾ ਉਹਨਾਂ ਦਾ ਇਹ ਪਲਾਨ ਸੀਗਾ ਪਾਕਿਸਤਾਨ ਅਫਗਾਨਿਸਤਾਨ ਜਾ ਕੇ ਉਹਨਾਂ ਨੇ ਸ਼ੂਟ ਕਰਨਾ ਸੀਗਾ ਕਹਿੰਦੇ ਵੀ ਮੂਸੇਵਾਲਾ ਇੱਕ ਵਾਰੀ ਜਿਹਦਾ ਨਾਂ ਲੈ ਦੇਵੇ ਜਿਹਨੂੰ ਆਪਣੀ ਵੀਡੀਓ 'ਚ ਲਿਆਵੇ ਸਟਾਰ ਬਣ ਜਾਂਦਾ ਬਣਾ ਤਾਂ ਤੁਹਾਨੂੰ ਸਟਾਰ ਬੜੀਆਂ ਕੋਲਾਂ ਆਈਆਂ ਮੈਂ 3 ਦਿਨ ਮੈਸੇਜਾਂ ਦੇ ਰਿਪਲਾਈ ਕਰਦਾ ਰਿਹਾ ਸੀਗਾ ਅਤੇ ਜਿਹੜੇ ਫੋਨ ਅਟੈਂਡ ਨਹੀਂ ਕੀਤੇ ਉਹਨਾਂ ਦੇ ਲਈ ਮੈਂ ਦਿਲੋਂ ਸੌਰੀ ਹਾਂ ਜੀ ਇਸ ਗੱਲ ਦਾ ਖੇਦ ਵੀ ਹੁੰਦਾ ਕਿ ਮੂਸੇਵਾਲਾ ਦੇ ਇਨਸਾਫ ਲਈ ਅੱਜ ਇੰਨਾ ਜੂਝਣਾ ਪੈ ਰਿਹਾ ਮਾਂ ਬਾਪ ਇਸ ਤਾਂ ਕਹਿ ਰਹੇ ਨੇ ਕਿ ਅਸੀਂ ਵਤਨ ਨਹੀਂ ਛੱਡਦਾਂਗੇ ਮੌਤ ਆਉਣੀ ਉਹ ਇੱਕ ਅਲੱਗ ਪਹਿਲੂ ਆ ਬਟ ਉਹਦਾ ਇਨਸਾਫ ਨਾ ਮਿਲਣਾ ਉਹ ਸ਼ਰਮ ਵਾਲੀ ਗੱਲ ਆ ਉਹਨਾਂ ਦਾ ਵਤਨ ਛੱਡ ਕੇ ਜਾਣਾ ਉਹ ਕਿਤੇ ਰੋਸ ਹੀ ਆ ਸਾਡੇ ਦੇਸ਼ ਦੇ ਪ੍ਰਤੀ ਮੈਨੂੰ ਲੱਗਦਾ ਨਹੀਂ ਕਿ ਉਹ ਸ਼ਾਇਦ ਇੱਦਾਂ ਕਰਨਗੇ ਕਿਉਂਕਿ ਉਹਨਾਂ ਦੇ ਪੁੱਤ ਨੇ ਨਹੀਂ ਛੱਡਿਆ ਦੇਸ਼ ਨੂੰ ਕੁਛ ਸਾਨੂੰ ਆਪਣੇ ਪੰਜਾਬ ਬਾਰੇ ਵੀ ਸੋਚਣਾ ਪੈਣਾ ਜੇ ਅਸੀਂ ਕਹਿੰਦੇ ਸਾਡਾ ਪੰਜਾਬ ਨਾ ਤਾਂ ਸਾਨੂੰ ਉਹਦੇ ਲਈ ਖੜਨਾ ਪੈਣਾ ਫਿਰ ਉਹਦੇ ਲਈ ਪੜ੍ਹਨਾ ਪੈਣਾ ਉਹਦੇ ਲਈ ਜਿਹੜੇ ਸਿਸਟਮ ਅਸੀਂ ਰੋਜ਼ ਸਵੇਰੇ ਤੋਂ ਲੈ ਕੇ ਸ਼ਾਮ ਤੱਕ ਨਿੰਦਦੇ ਹਾਂ ਨਾ ਉਹਦੇ 'ਚ ਇੱਕ ਵਾਰ ਵੜ ਕੇ ਉਹਨੂੰ ਠੀਕ ਕਰਨਾ ਪੈਣਾ ਜੇ ਮੂਸੇਵਾਲਾ ਦੀ ਪੂਰੀ ਜ਼ਿੰਦਗੀ ਦੇਖੀਏ ਉਹ ਵੀ ਇਸ ਚੀਜ਼ ਨੂੰ ਲੈ ਕੇ ਚਿੰਤਤ ਸੀ ਤਾਂ ਹੀ ਉਹ ਸਿਸਟਮ ਦੇ ਵਿੱਚ ਆਏ ਉਹਨਾਂ ਨੇ ਇਲੈਕਸ਼ਨ ਵੀ ਲੜੀ ਬਦਲਣਾ ਚਾਹੁੰਦੇ ਸੀ ਕੁਝ ਕਹਿੰਦੇ ਉਹਨਾਂ ਕੋਲ ਇੰਗਲੈਂਡ ਦੀ ਸਿਟੀਜ਼ਨਸ਼ਿਪ ਸੀਗੀ ਅਤੇ ਤੁਸੀਂ ਦੇਖੋ ਇੱਕ ਬੰਦੇ ਕੋਲ ਜਦੋਂ ਇੰਗਲੈਂਡ ਦੀ ਸਿਟੀਜ਼ਨਸ਼ਿਪ ਹੋਵੇ ਉਹ ਬੰਦਾ ਉਸ ਮੁਲਕ ਨੂੰ ਛੱਡ ਕੇ ਪੰਜਾਬ 'ਚ ਬੈਠਾ ਉਹਦਾ ਕੋਈ ਮੋਟਿਵ ਤਾਂ ਹੋਊਗਾ ਜੀ ਅਤੇ ਉਹਦਾ ਮੋਟਿਵ ਇਹ ਸੀਗਾ ਕਿ ਲੋਕਾਂ ਨੂੰ ਪੰਜਾਬ ਨਾਲ ਜੋੜਿਆ ਜਾਵੇ ਸਾਨੂੰ ਕਹਿਣਾ ਪੰਜਾਬ ਨਹੀਂ ਸਾਡਾ ਬਣਨਾ ਸਾਨੂੰ ਇੱਥੇ ਹੱਕ ਜਿਤਾਉਣਾ ਪੈਣਾ ਪੰਜਾਬ ਦੇ ਉੱਤੇ ਅਤੇ ਉਹਦੇ ਲਈ ਸਾਨੂੰ ਪੜ੍ਹਨਾ ਪੈਣਾ ਸਾਡੇ ਗੁਰੂਆਂ ਨੇ ਸਾਨੂੰ ਇਕੱਲੀ ਤਲਵਾਰ ਚੱਕਣੀ ਨਹੀਂ ਸਿਖਾਈ ਸ਼ਾਇਦ ਜਿਹੜਾ ਸਾਨੂੰ ਤੱਕ ਹਜੇ ਤੱਕ ਦੱਸਿਆ ਗਿਆ ਸਾਨੂੰ ਦੱਸਿਆ ਗਿਆ ਕਿ ਤਲਵਾਰ ਚੱਕਣੀ ਜ਼ੁਰਮ ਦੇ ਖਿਲਾਫ ਚੱਕਣੀ ਉਹ ਉਦੋਂ ਦੀ ਜ਼ਰੂਰਤ ਸੀਗੀ ਗੁਰੂ ਜੀ ਨੇ ਸਾਨੂੰ ਕਲਮ ਦੀ ਪਾਵਰ ਵੀ ਦੱਸੀ ਸੀਗੀ ਜਿਹੜਾ ਸਾਨੂੰ ਕੋਈ ਦੱਸ ਨਹੀਂ ਰਿਹਾ ਤੁਸੀਂ ਮੇਰੀ ਗੱਲ ਨਾਲ ਸਹਿਮਤ ਹੋਵੋਗੇ ਜ਼ਫਰਨਾਮਾ ਕਲਮ ਦੀ ਤਾਕਤ ਹੀ ਸੀਗੀ ਜਿਹੜੀ ਗੁਰੂ ਗੋਬਿੰਦ ਸਿੰਘ ਜੀ ਨੇ ਦੱਸੀ ਸੀਗੀ ਕਿ ਸ਼ਾਇਦ ਕੱਲ੍ਹ ਤੁਸੀਂ ਇੱਕ ਤਲਵਾਰ ਨਾਲ ਇੱਕ ਫੌਜੀ ਮਾਰ ਸਕਦੇ ਹੋ ਬਟ ਜੇ ਜ਼ਾਲਮ ਰਾਜਾ ਮਾਰਨਾ ਨਾ ਤਾਂ ਜ਼ਫਰਨਾਮਾ ਕਲਮ ਨਾਲ ਲਿਖਿਆ ਗਿਆ ਸੀਗਾ ਇਹ ਗੁਰੂ ਜੀ ਨੇ ਕਲਮ ਦੀ ਪਾਵਰ ਸਾਨੂੰ ਦੱਸੀ ਹੈ ਅਤੇ ਮੈਂ ਇਹੋ ਚਾਹੁੰਦਾ ਕਿ ਸਾਡਾ ਜਿਹੜਾ ਯੂਥ ਆ ਉਹ ਕਲਮ ਦੀ ਪਾਵਰ ਨੂੰ ਸਮਝੇ ਉਹ ਵੱਡੀ ਗੱਲ ਆ ਕਿ ਜਹਾਜ਼ 'ਚ ਚੜ੍ਹੇ ਪੰਜਾਬੀਆਂ ਨੂੰ ਟਰੈਕਟਰ 'ਤੇ ਬਣਾਉਣਾ ਉਹ ਵੀ ਇੱਕ ਸ਼ੌਂਕ ਨਾਲ ਸਭ ਤੋਂ ਵੱਡੀ ਗੱਲ ਟਰੈਕਟਰ 'ਤੇ ਬਣਾਉਣਾ ਬੰਦਾ ਕਹਿੰਦਾ ਮਜ਼ਬੂਰੀ 'ਚ ਬੈਠਣ ਸ਼ੌਂਕ ਨਾਲ ਉਹਨੇ ਸ਼ੌਂਕ ਨਾਲ ਬਿਠਾਤੇ ਕਿ ਤੁਸੀਂ ਆਹ ਵੀ ਕੰਮ ਕਰ ਸਕਦੇ ਲੋਕ ਕਹਿੰਦੇ ਸੀ ਖੇਤੀ ਦਾ ਜੀ ਬਹੁਤ ਔਖਾ ਕੰਮ ਅੱਜ ਤਾਂ ਪਿੰਡਾਂ ਦੇਸੀ ਤਰੀਕਾ ਬਟ ਉਹ ਬੰਦਾ ਇੱਕ ਐਡਾ ਸਟਾਰ ਹੋ ਕੇ ਆਪ ਖੇਤੀ ਕਰਦਾ ਸੀਗਾ ਕਿਤੇ ਨਾ ਕਿਤੇ ਸਾਨੂੰ ਚੀਜ਼ਾਂ ਸਿੱਖਣ ਦੀ ਲੋੜ ਆ ਕਿ ਇਹ ਸਾਡੀ ਜੜ੍ਹ ਆ ਅਸੀਂ ਜਿੰਨੇ ਮਰਜ਼ੀ ਉੱਤੇ ਜਾਵਾਂਗੇ ਜੜ੍ਹਾਂ ਨਾਲ ਜੁੜੇ ਰਹਾਂਗੇ ਤਾਂ ਚੰਗੇ ਰਹਾਂਗੇ ਜੀ ਮੈਂ ਸਿੱਧੂ ਮੂਸੇਵਾਲਾ ਜਾਂ ਹੋਰ ਜਿੰਨੇ ਵੀ ਸਾਡੇ ਪੰਜਾਬ ਦੇ ਜਿਹੜੇ ਲੋਕ ਨੇ ਜਿਹੜੇ ਬੜੇ ਮਹਾਨ ਲੋਕ ਨੇ ਉਹਨਾਂ ਤੋਂ ਸਾਨੂੰ ਸਿੱਖਣ ਦੀ ਲੋੜ ਹੁੰਦੀ ਆ ਸਤਿ ਸ਼੍ਰੀ ਅਕਾਲ ਤੁਸੀਂ ਜੁੜੇ ਹੋ ਅੱਖਰ ਦੇ ਨਾਲ ਅਤੇ ਮੈਂ ਹਾਂ ਕਰਨ ਅੱਜ ਅਸੀਂ ਕਰਤਾਰਪੁਰ ਖੜ੍ਹੇ ਹਾਂ ਅਤੇ ਉਸ ਇਨਸਾਨ ਦੇ ਤੁਹਾਨੂੰ ਦਰਸ਼ਨ ਕਰਾਉਣੇ ਨੇ ਜਿਹਨੂੰ ਤੁਸੀਂ ਇੰਟਰਨੈਟ 'ਤੇ ਲੱਭ ਰਹੇ ਹੋ ਬਾਈ ਫਤਿਹ ਸਿੰਘ ਸਾਡੇ ਨਾਲ ਨੇ ਮੂਸੇਵਾਲਾ ਦੀ ਵਾਰ ਦੇ ਵਿੱਚ ਬਾਈ ਦੀ ਆਵਾਜ਼ ਆ ਤਾਂ ਦਰਸ਼ਨ ਕਰੋ ਬਾਈ ਸਤਿ ਸ਼੍ਰੀ ਅਕਾਲ ਕੀ ਹਾਲ ਹੈ ਸਤਿ ਸ਼੍ਰੀ ਅਕਾਲ ਜੀ ਮੇਰੇ ਵੱਲੋਂ ਤੁਹਾਨੂੰ ਅਤੇ ਤੁਹਾਡੇ ਪੂਰੇ ਪੰਜਾਬ ਵਾਸੀਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆ ਜੀ ਅਤੇ ਤੁਸੀਂ ਮੈਨੂੰ ਮਿਲਣਾ ਹੈ ਤੁਹਾਡੇ ਲਈ ਬਹੁਤ ਦਿਲੋਂ ਧੰਨਵਾਦ ਜੀ ਤੁਹਾਡਾ ਬਾਈ ਜਦੋਂ 8 ਦਸੰਬਰ ਮੈਨੂੰ 8 ਨਵੰਬਰ ਸੀ ਸ਼ਾਇਦ ਨਾ ਮੈਨੂੰ ਯਾਦ ਹੈ ਤੁਹਾਡੀ ਆਵਾਜ਼ ਆਈ ਮੂਸੇਵਾਲੇ ਦੇ ਗੀਤ 'ਚ ਤੁਹਾਡੇ ਤੱਕ ਤੁਹਾਨੂੂੰ ਕਿਵੇਂ ਪਤਾ ਲੱਗਾ ਕਿ ਤੁਹਾਡੀ ਆਵਾਜ਼ ਉਹ ਇੱਕ ਦਿਨੀ ਪਵਿੱਤਰ ਹੀ ਦਿਨ ਸੀਗਾ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਆਪਾਂ ਨੂੰ ਸਾਰਿਆਂ ਨੂੰ ਪਤਾ ਸੀਗਾ ਅਤੇ ਉਸ ਦਿਨ ਅਸੀਂ ਕੰਪਨੀ 'ਚ ਜਿਵੇਂ ਮੈਂ ਐਜ਼ ਅ ਜੋਬ ਕਰਦਾ ਪੰਜਾਬ ਅੱਡਾ 24/7 ਜਿੱਥੇ ਅਸੀਂ ਮੈਂ ਐਜ਼ ਅ ਟੀਚਰ ਹਾਂ ਅਤੇ ਅਸੀਂ ਉੱਥੇ ਪਾਠੀ ਸਿੰਘ ਜੀ ਨੂੰ ਬੁਲਾ ਰਹੇ ਸੀਗੇ ਕਿ ਤੁਸੀਂ ਆ ਕੇ ਅਰਦਾਸ ਕਰੋ ਅਤੇ 10 ਵਜੇ ਦਾ ਟਾਈਮ ਆ 10:05 'ਤੇ ਮੇਰੇ ਟੀਚਰ ਮੇਰੇ ਕੋਲ ਆਉਂਦੇ ਕਹਿੰਦੇ ਸਰ ਤੁਹਾਡੀ ਆਵਾਜ਼ ਆ ਮੂਸੇਵਾਲੇ ਦੇ ਸੌਂਗ ਦੇ ਵਿੱਚ ਅਤੇ ਮੈਨੂੰ ਸੁਣ ਕੇ ਇੱਕ ਵਾਰ ਲੱਗਾ ਕਿ ਅੱਛਾ ਮੇਰੀ ਆ ਫਿਰ ਮੈਂ ਦੁਬਾਰਾ ਸੁਣਿਆ ਅਤੇ ਫਿਰ ਮੈਨੂੰ ਇਹ ਲੱਗਦਾ ਕਿ ਸ਼ਾਇਦ ਗੁਰੂ ਮਹਾਰਾਜ ਜੀ ਨੇ ਮੈਨੂੰ ਇੱਕ ਗਿਫਟ ਦਿੱਤਾ ਸੀਗਾ ਅਤੇ ਉਹ ਗਿਫਟ ਦੇ ਸ਼ਾਇਦ ਮੈਂ ਕਾਬਿਲ ਸੀ ਨਹੀਂ ਸੀ ਉਹ ਪਰਮਾਤਮਾ ਜਾਂਦਾ ਬਟ ਮੈਨੂੰ ਬਹੁਤ ਖੁਸ਼ੀ ਹੋਈ ਅਤੇ ਮੇਰੇ ਪਰਿਵਾਰ ਨੂੰ ਉਦੋਂ ਜ਼ਿਆਦਾ ਖੁਸ਼ੀ ਹੋਈ ਸੀਗੀ ਕਿੰਨੇ ਕੁ ਕੋਲ ਆਈਆਂ ਕਹਿੰਦੇ ਵੀ ਮੂਸੇਵਾਲਾ ਇੱਕ ਵਾਰੀ ਜਿਹਦਾ ਨਾਂ ਲੈ ਦੇਵੇ ਜਿਹਨੂੰ ਆਪਣੀ ਵੀਡੀਓ 'ਚ ਲਿਆਵੇ ਸਟਾਰ ਬਣ ਜਾਂਦਾ ਬਣਾ ਤਾਂ ਤੁਹਾਨੂੰ ਸਟਾਰ ਬੜੀਆਂ ਕੋਲ ਆਈਆਂ ਕਹਿੰਦੇ ਮੈਂ 3 ਦਿਨ ਮੈਸੇਜਾਂ ਦੇ ਰਿਪਲਾਈ ਕਰਦਾ ਰਿਹਾ ਸੀਗਾ ਮੈਨੂੰ 3 ਦਿਨ ਲੱਗੇ ਕਿਉਂਕਿ ਮੇਰੇ ਸਟੂਡੈਂਟ ਕਾਫੀ ਜ਼ਿਆਦਾ ਹੈਗੇ ਨੇ ਬਾਕੀ ਜਿਹੜੇ ਸਟੂਡੈਂਟ ਨੇ ਉਹ ਵੀ ਅਤੇ ਕੁਛ ਉੱਦਾਂ ਜਿਹੜੇ ਪਹਿਲਾਂ ਨਹੀਂ ਸੀ ਜਾਣਦੇ ਉਹਨਾਂ ਨੇ ਮੈਨੂੰ ਕਾਲਸ ਵਗੈਰਾ ਕੀਤੀਆਂ ਅਤੇ ਕਾਫੀ ਸਾਰੇ ਮੈਨੂੰ ਮੈਸੇਜ ਆਏ ਅਤੇ ਉਹ 3 ਦਿਨ ਮੈਨੂੰ ਲੱਗੇ ਰਿਪਲਾਈ ਕਰਦੇ ਅਤੇ ਜਿਹੜੇ ਫੋਨ ਅਟੈਂਡ ਨਹੀਂ ਕੀਤੇ ਉਹਨਾਂ ਦੇ ਲਈ ਮੈਂ ਦਿਲੋਂ ਸੌਰੀ ਹਾਂ
ਉਹ ਵੀਡੀਓ ਨਾ ਐਕਚੁਅਲੀ ਜਿਵੇਂ ਮੈਂ ਦੱਸਿਆ ਮੈਂ ਟੀਚਰ ਹਾਂ ਅਤੇ ਮੈਂ ਪੰਜਾਬ ਜੀ ਕੇ ਪੜ੍ਹਾਉਣਾ ਬੱਚਿਆਂ ਨੂੰ ਜਿਹੜੇ ਸਰਕਾਰੀ ਪੇਪਰਾਂ ਦੀ ਤਿਆਰੀ ਕਰਦੇ ਉਹਨਾਂ ਨੂੰ ਅਤੇ ਮੇਰੇ ਸਟੂਡੈਂਟ ਮੈਨੂੰ ਕਹਿੰਦੇ ਹੁੰਦੇ ਕਿ ਸਰ ਤੁਸੀਂ ਜਦੋਂ ਪੜ੍ਹਾਉਂਦੇ ਹੋ ਤਾਂ ਚੀਜ਼ਾਂ ਨੂੰ ਕਲੈਰੀਫਾਈ ਬਹੁਤ ਕਰਦੇ ਹੋ ਅਤੇ ਤੁਸੀਂ ਨਾਲ ਨਾ ਕੁਛ ਇੱਦਾਂ ਦੀਆਂ ਹਿਸਟਰੀ ਦੀਆਂ ਚੀਜ਼ਾਂ ਦੱਸਦੇ ਰਿਹਾ ਕਰੋ ਅਤੇ ਮੈਂ ਸਰਦਾਰ ਹਰੀ ਸਿੰਘ ਨਲੂਆ ਜੀ 'ਤੇ ਇੱਕ ਵੀਡੀਓ ਬਣਾਈ ਸੀਗੀ ਜਿਹਦੇ ਵਿੱਚ ਮੈਂ ਉਹਨਾਂ ਦੀ ਜੀਵਨੀ ਬਾਰੇ ਦੱਸਿਆ ਗਿਆ ਸੀਗਾ ਅਤੇ ਉੱਥੇ ਮੈਂ ਪੜ੍ਹਾ ਰਿਹਾ ਸੀਗਾ ਬੱਚਿਆਂ ਨੂੰ ਕਿ ਕਹਿੰਦੇ ਹਰੂ ਸਿੰਘ ਨਲੂਆ ਜੀ ਤੋਂ ਇੰਨੇ ਪਠਾਨ ਡਰਦੇ ਸੀਗੇ ਕਿ ਉਹਨਾਂ ਤੋਂ ਡਰਦੇ ਹੋਏ ਸਲਵਾਰਾਂ ਪਾਉਣ ਲੱਗ ਪਏ ਸੀਗੇ ਕਿ ਸਾਨੂੰ ਕਿਤੇ ਮਾਰ ਨਾ ਦੇਣ ਅਤੇ ਸਲਵਾਰਾਂ ਮੈਂ ਵੀ ਦੱਸਿਆ ਕੋਈ ਬੁਜ਼ਦਿਲੀ ਦਾ ਪ੍ਰਤੀਕ ਨਹੀਂ ਹੈਗਾ ਸਲਵਾਰਾਂ ਮੀਨਸ ਕਿ ਇੱਕ ਔਰਤਾਂ ਦਾ ਪਹਿਰਾਵਾ ਕਿਉਂਕਿ ਜੇ ਤੁਸੀਂ ਸਰਦਾਰ ਹਰੀ ਸਿੰਘ ਨਲੂਆ ਜਾਂ ਆਪਾਂ ਪੂਰੀ ਸਿੱਖ ਹਿਸਟਰੀ ਦੀ ਪੜ੍ਹਦੇ ਉੱਥੇ ਔਰਤਾਂ ਨੂੰ ਬਹੁਤ ਇੱਜ਼ਤ ਦਿੱਤੀ ਗਈ ਆ ਅਤੇ ਕਹਿੰਦੇ ਨਿਹੱਥੇ ਬੱਚੇ ਅਤੇ ਔਰਤਾਂ 'ਤੇ ਕੋਈ ਵਾਰ ਨਹੀਂ ਸੀ ਕਰਦਾ ਇਸ ਕਰਕੇ ਉਹਨਾਂ ਨੇ ਬਚਣ ਦੇ ਲਈ ਉਹ ਇੱਕ ਪਹਿਰਾਵਾ ਪਹਿਨਿਆ ਸੀਗਾ ਜਿਹੜਾ ਅੱਜ ਵੀ ਉੱਥੇ ਪ੍ਰਚਲਿਤ ਆ ਪਹਿਰਾਵਾ ਹਾਂਜੀ ਬਹੁਤ ਸਾਰੇ ਲੋਕ ਕਹਿੰਦੇ ਵੀ ਇਹ ਤਾਂ ਪਹਿਰਾਵਾ ਬਾਹਲਾ ਪੁਰਾਣਾ ਹੈ ਵੀ ਤੁਸੀਂ ਇਸ ਚੀਜ਼ ਨੂੰ ਵਧਾ ਰਹੇ ਹੋ ਇਹ ਤਾਂ ਪਹਿਰਾਵਾ ਪਠਾਨੀ ਸੂਟ ਤਾਂ ਆਪਦੇ ਪਹਿਰਾਵੇ ਕਰਕੇ ਜਾਣਿਆ ਜਾਂਦਾ ਦੇਖੋ ਪਹਿਰਾਵਾ ਪੁਰਾਣਾ ਹੋਣਾ ਮੈਂ ਜਿਵੇਂ ਦੱਸਾਂ ਨਾ ਕਿ ਔਰਤਾਂ ਦਾ ਪਹਿਰਾਵਾ ਪੁਰਾਣਾ ਸੀਗਾ ਤੇ ਇੱਕ ਡਰ ਦੇ ਵਜੋਂ ਉਹਨਾਂ ਨੂੰ ਡਰਨ ਤੋਂ ਬਚਣ ਦੇ ਲਈ ਤਾਂ ਕਰਕੇ ਉਹਨਾਂ ਨੇ ਯੂਜ਼ ਕਰਨਾ ਸ਼ੁਰੂ ਕੀਤਾ ਸੀਗਾ ਪਹਿਲਾਂ ਕਦੇ ਕਦਾਈ ਪਾਉਣਾ ਫਿਰ ਹੁੰਦਾ ਕਿ ਹਾਂ ਡਰ ਵੀ ਔਰਤਾਂ ਤੋਂ ਬਚਣਾ ਆ ਵੀ ਔਰਤਾਂ ਦੇ ਹਮਲਾ ਨਹੀਂ ਸੀ ਹੁੰਦਾ ਉਹਨਾਂ ਨੇ ਤਾਂ ਕਰਕੇ ਰੈਗੂਲਰਲੀ ਪਾਉਣਾ ਸ਼ੁਰੂ ਕਰ ਦਿੱਤਾ ਸੀਗਾ ਹਾਂਜੀ ਇਹ ਸੀਗਾ ਇਹਦਾ ਇਤਿਹਾਸ ਜਿਹੜਾ ਤੁਹਾਡਾ ਡਾਇਲੋਗ ਜਿਹੜਾ ਪ੍ਰੋਪਰ ਕਿਹੜਾ ਚੱਕਿਆ ਸੀਗਾ ਉਹੀ ਸੀਗਾ ਕਿ ਮੈਂ ਪੜ੍ਹਾ ਰਿਹਾ ਸੀਗਾ ਬੱਚਿਆਂ ਨੂੰ ਕਿ ਇੰਨਾ ਜ਼ਿਆਦਾ ਖੌਫ ਸੀਗਾ ਉਸ ਸ਼ੇਰ ਦਾ ਕਿ ਕਹਿੰਦੇ ਸੀ ਕਿ ਜੇ ਉਹਦੇ ਤੇ ਬਚਣਾ ਦੇ ਖੌਫ ਤੋਂ ਬਚਣਾ ਆ ਤਾਂ ਸਾਨੂੰ ਔਰਤਾਂ ਵਰਗੀ ਦਿੱਖ ਰੱਖਣੀ ਪੈਣੀ ਆ ਤਾਂ ਕਰਕੇ ਉਹਨਾਂ ਨੇ ਪਹਿਰਾਵਾ ਪਾਉਣਾ ਸ਼ੁਰੂ ਕਰ ਦਿੱਤਾ ਸੀਗਾ ਜੀ ਉਹਨਾਂ ਹਾਂਜੀ ਬਿਲਕੁਲ ਬਾਈ ਦੀਆਂ ਵੀਡੀਓਜ਼ ਅਸੀਂ ਵੀ ਦੇਖੀਆਂ ਪੰਜਾਬ ਅੱਡਾ 24/7 ਦੇ ਉੱਤੇ ਬੜੀਆਂ ਇਨਫੋਰਮੇਸ਼ਨਲ ਬਾਈ ਇੰਨੀ ਸਾਰੀ ਤੁਸੀਂ ਘੋਖ ਪੜਤਾਲ ਕਰਕੇ ਇੱਕ ਵੀਡੀਓ ਬਣਾਉਂਦੇ ਹੋ ਹਰੀ ਸਿੰਘ ਨਲਵਾ ਵਾਲੀ ਵੀਡੀਓ ਪਿੱਛੇ ਕਿੰਨੇ ਕੁ ਦਿਨਾਂ ਦੀ ਮਿਹਨਤ ਸੀ ਕੋਈ ਵੀ ਵੀਡੀਓ ਜਦੋਂ ਬਣਦੀ ਆ ਕਿਉਂਕਿ ਇੱਕ ਨਾ ਹੁੰਦਾ ਆਪਾਂ ਨਾਰਮਲ ਵੀਡੀਓ ਬਣਾਉਣੀ ਉਹਨੂੰ ਤੁਸੀਂ ਸ਼ਾਇਦ ਇੱਕ ਦੋ ਵਾਰ ਪੜ੍ਹ ਕੇ ਸੁਣ ਕੇ ਬਣਾ ਸਕਦੇ ਹੋ ਬਟ ਜਦੋਂ ਇਤਿਹਾਸ ਤੇ ਗੱਲ ਆਉਂਦੀ ਆ ਉੱਥੇ ਲੋਕਾਂ ਦੇ ਸੈਂਟੀਮੈਂਟ ਜੁੜੇ ਹੁੰਦੇ ਆ ਤੇ ਤੁਸੀਂ ਉਹਨੂੰ ਕਦੇ ਵੀ ਕਾਹਲੀ ਵਿੱਚ ਕੋਈ ਨਾ ਤਾਂ ਇਦਾਂ ਦੀ ਸ਼ਬਦਾਵਲੀ ਉੱਥੇ ਯੂਜ਼ ਕਰ ਸਕਦੇ ਆ ਕਿ ਲੋਕਾਂ ਦੇ ਸੈਂਟੀਮੈਂਟ ਹਰਟ ਹੋਣ ਉਹਦੇ ਉੱਤੇ ਇੱਕ ਟਾਈਮ ਲੱਗਦਾ ਆ ਕਿਸੇ ਕਿਸੇ ਵੀਡੀਓ ਨੂੰ 2 ਹਫ਼ਤੇ ਲੱਗ ਜਾਂਦੇ ਆ ਕਿਸੇ ਨੂੰ 3 ਹਫ਼ਤੇ ਕਿਸੇ ਨੂੰ ਕਿੰਨਾ ਟਾਈਮ ਤੇ ਆਉਣ ਵਾਲੇ ਮੇਰੇ ਇੱਕ ਦੋ ਪ੍ਰੋਜੈਕਟ ਹੋਰ ਵੀ ਹੈਗੇ ਨੇ ਜਿਹੜੇ ਇਦਾਂ ਦੇ ਹੋਣਗੇ ਪੜ੍ਹਾਈ ਦੇ ਨਾਲ ਨਾਲ ਮੇਰੀ ਕੋਸ਼ਿਸ਼ ਆ ਕਿ ਪੰਜਾਬੀਆਂ ਨੂੰ ਆਪਾਂ ਪੰਜਾਬੀਅਤ ਨਾਲ ਜੋੜੀਏ ਉਹਦੇ ਲਈ ਟਾਈਮ ਤਾਂ ਫਿਰ ਲੱਗਦਾ ਜੀ ਇਹੀ ਕੋਸ਼ਿਸ਼ ਮੂਸੇਵਾਲਾ ਦੀ ਸੀ ਨਾ ਪਿੰਡ ਨਾਲ ਜੋੜੀਏ ਇਸ ਗਾਣੇ ਤੋਂ ਪਹਿਲਾਂ ਤੁਸੀਂ ਸੁਣਦੇ ਹੁੰਦੇ ਸੀ ਮੂਸੇਵਾਲਾ ਨੂੰ ਹਾਂਜੀ ਉਹਨਾਂ ਨੂੰ ਤਾਂ ਮੈਂ ਸਾਰਾ ਪੰਜਾਬ ਹੀ ਸੁਣਦਾ ਤੁਹਾਨੂੰ ਪਤਾ ਹੀ ਆ ਤੇ ਪੰਜਾਬ ਛੱਡ ਕੇ ਪੂਰੀ ਦੁਨੀਆ ਉਹਨਾਂ ਨੂੰ ਸੁਣਦੀ ਸੀਗੀ ਤੇ ਮੈਂ ਵੀ ਸੁਣਦਾ ਸੀਗਾ ਤੇ ਇੱਕ ਜਿਹੜਾ ਉਹਨਾਂ ਦੇ ਵਿੱਚ ਚੇਂਜ ਆ ਰਿਹਾ ਸੀਗਾ ਜਿਵੇਂ SYL ਦੀ ਗੱਲ ਕਰ ਲਓ ਜਾਂ ਹੁਣ ਇਹ ਸੌਂਗ ਆਇਆ ਸੀਗਾ ਇਹਦੇ ਨਾਲ ਕਾਫੀ ਸਾਰਾ ਚੇਂਜ ਆ ਰਿਹਾ ਸੀਗਾ ਉਹਨਾਂ ਵਿੱਚ ਤੇ ਇੱਕ ਉਹਨਾਂ ਦੀ ਜਿਹੜੀ ਸਭ ਤੋਂ ਵਧੀਆ ਗੱਲ ਮੈਨੂੰ ਲੱਗਦੀ ਸੀਗੀ ਕਿ ਉਹ ਇੱਕ ਪਿੰਡੂ ਕਲਚਰ ਨੂੰ ਬਹੁਤ ਪ੍ਰਮੋਟ ਕੀਤਾ ਉਹਨਾਂ ਨੇ ਵੀ ਪਿੰਡ 'ਚ ਰਹਿਣਾ ਜ਼ਮੀਨ ਨਾਲ ਜੁੜਨਾ ਕਿਵੇਂ ਖੇਤੀ ਕਰਨੀ ਆ ਲੋਕੀ ਕਹਿੰਦੇ ਸੀ ਖੇਤੀ ਤਾਂ ਜੀ ਬਹੁਤ ਔਖਾ ਕੰਮ ਆ ਇਹ ਤਾਂ ਪਿੰਡਾਂ ਦੇਸੀ ਤਰੀਕਾ ਬਟ ਉਹ ਬੰਦਾ ਇੱਕ ਐਡਾ ਸਟਾਰ ਹੋ ਕੇ ਆਪ ਖੇਤੀ ਕਰਦਾ ਸੀਗਾ ਕਿਤੇ ਨਾ ਕਿਤੇ ਸਾਨੂੰ ਚੀਜ਼ਾਂ ਸਿੱਖਣ ਦੀ ਲੋੜ ਆ ਕਿ ਇਹ ਸਾਡੀ ਜੜ ਆ ਅਸੀਂ ਜਿੰਨੇ ਮਰਜ਼ੀ ਉੱਤੇ ਜਾਵਾਂਗੇ ਜੜਾਂ ਨਾਲ ਜੁੜੇ ਰਹਾਂਗੇ ਤਾਂ ਚੰਗੇ ਰਹਾਂਗੇ ਜੀ ਇਹ ਚੀਜ਼ ਇਹਦੇ ਵਿੱਚ ਇਸ ਗੱਲ ਦਾ ਖੇਦ ਵੀ ਹੁੰਦਾ ਕਿ ਮੂਸੇਵਾਲਾ ਦੇ ਇਨਸਾਫ ਲਈ ਅੱਜ ਇੰਨਾ ਜੂਝਣਾ ਪੈ ਰਿਹਾ ਮਾਂ ਬਾਪ ਇਸ ਤਾਂ ਕਹਿ ਰਹੇ ਨੇ ਕਿ ਅਸੀਂ ਵਤਨ ਨਹੀਂ ਛੱਡ ਦਾਂਗੇ ਇਹਨਾਂ ਆਪਣਾ ਇੱਕ ਸਿਸਟਮ ਆਪਾਂ ਸ਼ਬਦ ਯੂਜ਼ ਕਰਦੇ ਹਾਂ ਸਿਸਟਮ ਉਹਨੂੰ ਠੀਕ ਕਰਨ ਦੇ ਲਈ ਹਰੇਕ ਬੰਦਾ ਕੋਈ ਨਾ ਕੋਈ ਕੋਸ਼ਿਸ਼ ਕਰ ਰਿਹਾ ਜਿਵੇਂ ਅਸੀਂ ਮੂਸੇਵਾਲਾ ਜੀ ਦੇ ਜਿਹੜੇ ਪਿਤਾ ਜੀ ਮਾਤਾ ਜੀ ਉਹਨਾਂ ਨੇ ਆਪਣਾ ਬੇਟਾ ਖੋਇਆ ਆ ਤੇ ਦੇਖੋ ਮੌਤ ਆਉਣੀ ਉਹ ਇੱਕ ਅਲੱਗ ਪਹਿਲੂ ਆ ਬਟ ਉਹਦਾ ਇਨਸਾਫ਼ ਨਾ ਮਿਲਣਾ ਉਹ ਸ਼ਰਮ ਵਾਲੀ ਗੱਲ ਆ ਤੇ ਉਹਨਾਂ ਦਾ ਵਤਨ ਛੱਡ ਕੇ ਜਾਣਾ ਉਹ ਕਿਤੇ ਰੋਸ ਹੀ ਆ ਸਾਡੇ ਦੇਸ਼ ਦੇ ਪ੍ਰਤੀ ਮੈਨੂੰ ਲੱਗਦਾ ਨਹੀਂ ਕਿ ਉਹ ਸ਼ਾਇਦ ਇੱਦਾਂ ਕਰਨਗੇ ਕਿਉਂਕਿ ਜਦੋਂ ਉਹਨਾਂ ਦੇ ਪੁੱਤ ਨੇ ਨਹੀਂ ਛੱਡਿਆ ਦੇਸ਼ ਜਿਹੜਾ ਐਡਾ ਵੱਡਾ ਸਟਾਰ ਸੀਗਾ ਤੇ ਉਹਨਾਂ ਦਾ ਛੱਡ ਕੇ ਜਾਣਾ ਸ਼ਾਇਦ ਉਹਨਾਂ ਦੇ ਇੱਕ ਰੋਸ ਬਟ ਜ਼ਰੂਰ ਆ ਇਸ ਸਿਸਟਮ ਦੇ ਨਾਲ ਤੇ ਮੈਂ ਇਹੀ ਕਹਿੰਦਾ ਕਿ ਸਿਸਟਮ ਨੂੰ ਜ਼ਰੂਰ ਇਹ 'ਤੇ ਕੰਮ ਕਰਨਾ ਚਾਹੀਦਾ ਸਿਸਟਮ ਦੇ ਵਿੱਚ ਆਪਾਂ ਨਾ ਬਹੁਤ ਛੇਤੀ ਹੋ ਕੇ ਕਹਿ ਦਿੰਦਾ ਇਹ ਸਿਸਟਮ ਮਾੜਾ ਬਟ ਸਾਨੂੰ ਵੀ ਉਹਦੇ ਵਿੱਚ ਆਉਣਾ ਪੈਣਾ ਜਿਹੜਾ ਯੂਥ ਆ ਅਸੀਂ ਅੱਜ ਦੇਖਦੇ ਹਾਂ ਕਿ ਕੀਤਾ ਇੱਕ ਕੋਰਸ ਤੇ ਚਲੋ ਬਾਹਰ ਚਲੇ ਗਏ ਬਾਹਰ ਜਾਣਾ ਬਹੁਤ ਚੰਗੀ ਗੱਲ ਆ ਜਾਣਾ ਚਾਹੀਦਾ ਆ ਉੱਥੇ ਜਾਓ ਤੁਸੀਂ ਅਫਸਰੀ ਦੇ ਤੌਰ ਤੇ ਕੁਛ ਸਾਨੂੰ ਆਪਣੇ ਪੰਜਾਬ ਬਾਰੇ ਵੀ ਸੋਚਣਾ ਪੈਣਾ ਜੇ ਅਸੀਂ ਕਹਿੰਦੇ ਸਾਡਾ ਪੰਜਾਬ ਨਾ ਤਾਂ ਸਾਨੂੰ ਉਹਦੇ ਲਈ ਖੜਨਾ ਪੈਣਾ ਫਿਰ ਉਹਦੇ ਲਈ ਪੜ੍ਹਨਾ ਪੈਣਾ ਉਹਦੇ ਲਈ ਜਿਹੜੇ ਸਿਸਟਮ ਨੂੰ ਅਸੀਂ ਰੋਜ਼ ਸਵੇਰੇ ਤੋਂ ਲੈ ਕੇ ਸ਼ਾਮ ਤੱਕ ਨਿੰਦਦੇ ਹਾਂ ਨਾ ਉਹਦੇ 'ਚ ਇੱਕ ਵਾਰ ਵੜ ਕੇ ਉਹਨੂੰ ਠੀਕ ਕਰਨਾ ਪੈਣਾ ਤੇ ਇਹਦੇ ਲਈ ਫਿਰ ਅਸੀਂ ਵੀ ਸ਼ਾਇਦ ਜ਼ਿੰਮੇਦਾਰ ਹੈਗੇ ਹਾਂ ਸਰਕਾਰਾਂ ਵੀ ਅਸੀਂ ਚੁਣਦੇ ਹਾਂ ਸਿਸਟਮ ਵੀ ਅਸੀਂ ਚੁਣਦੇ ਹਾਂ ਬੁਰਾ ਵੀ ਅਸੀਂ ਕਹਿੰਦੇ ਹਾਂ ਤੇ ਮੈਨੂੰ ਲੱਗਦਾ ਅਸੀਂ ਜ਼ਿਆਦਾ ਜ਼ਿੰਮੇਵਾਰ ਹਾਂ ਇਸ ਪ੍ਰੋਸੈਸ ਦੇ ਲਈ ਪੂਰੇ ਦੇ ਪੂਰੇ ਦੇ ਲਈ ਜੇ ਮੂਸੇਵਾਲਾ ਦੀ ਪੂਰੀ ਜ਼ਿੰਦਗੀ ਦੇਖੀਏ ਉਹ ਵੀ ਇਸ ਚੀਜ਼ ਨੂੰ ਲੈ ਕੇ ਚਿੰਤਤ ਸੀ ਤਾਂ ਉਹ ਸਿਸਟਮ ਦੇ ਵਿੱਚ ਆਏ ਉਹਨਾਂ ਨੇ ਇਲੈਕਸ਼ਨ ਵੀ ਲੜੀ ਬਦਲਣਾ ਚਾਹੁੰਦੇ ਸੀ ਕੁਝ ਹਾਂਜੀ ਹਾਂਜੀ ਉਹ ਮੈਂ ਉਹਨਾਂ ਦੇ ਪਿਤਾ ਜੀ ਦੀ ਵੀਡੀਓ ਸੁਣ ਰਿਹਾ ਸੀਗਾ ਹੁਣੇ ਉਹ ਇੰਗਲੈਂਡ ਤੋਂ ਆਏ ਨੇ ਉਹ ਕਹਿ ਰਹੇ ਕਿ ਸਾਨੂੰ ਅੱਜ ਪਤਾ ਲੱਗਾ ਉਹਨਾਂ ਕੋਲੇ ਇੰਗਲੈਂਡ ਦੀ ਸਿਟੀਜ਼ਨਸ਼ਿਪ ਸੀਗੀ ਦੱਸੋ ਉਹਨਾਂ ਦੇ ਪਿਤਾ ਜੀ ਦੇ ਮੂੰਹ ਦੇ ਸ਼ਬਦਾਵ
ਇਹ ਗੀਤ ਬਹੁਤ ਲੰਬਾ ਹੋਣਾ ਸੀਗਾ, ਇਹ ਜਿਹੜੀ ਵਾਰ ਸੀ ਬਹੁਤ ਲੰਬੀ ਹੋਣੀ ਸੀ, ਪਰ ਖੇਦ ਆ ਕਿ ਦੋ ਅੰਦਰਿਆਂ ਦੀ ਦੋ ਪੈਰਿਆਂ ਦੀ ਸੀ, ਜੇ ਲੰਬੀ ਹੁੰਦੀ ਤਾਂ ਉਹ 'ਚ ਕੁਛ ਬਹੁਤ ਚੀਜ਼ਾਂ ਹੋਰ ਹੋਣੀਆਂ ਸੀ। ਇਹਦੇ 'ਤੇ ਮੈਂ ਇੱਕ ਵੀਡੀਓ ਵੀ ਬਣਾਈ ਸੀਗੀ ਇਵਨ ਇਹਨਾਂ ਦੇ ਬਾਰੇ ਪ੍ਰੋਪਰਲੀ, ਵੀ ਹੋਰ ਕੀ ਹੋ ਸਕਦਾ ਸੀਗਾ ਇਸ ਸੌਂਗ ਦੇ ਵਿੱਚ, ਉਹ ਇੱਕ ਵੀਡੀਓ ਬਣਾਈ ਆ। ਇੱਕ ਨਾ ਮੈਨੂੰ ਥੋੜ੍ਹਾ ਜਿਹਾ ਇਹ ਵੀ ਹੁੰਦਾ ਕਿ ਜਿਹੜੀਆਂ ਕੁਛ ਇੱਦਾਂ ਦੀਆਂ ਇਤਿਹਾਸਿਕ ਵੀਡੀਓ ਬਹੁਤ ਘੱਟ ਲੋਕ ਦੇਖਦੇ ਨੇ। ਹਾਂ, ਈਵਨ ਜਿਹੜੀਆਂ ਮੇਰੀਆਂ ਵੀਡੀਓ ਹੁਣ ਤਾਂ ਚਲੋ ਥੋੜ੍ਹਾ ਜਿਹਾ ਲੋਕਾਂ ਵੱਲ ਹੁੰਗਾਰਾ ਮਿਲਦਾ ਆ, ਬਟ ਆਮ ਜਿਹੜਾ ਯੂਥ ਉਹ ਵੀਡੀਓ ਨੂੰ ਪਸੰਦ ਨਹੀਂ ਕਰਦਾ, ਅਤੇ ਜਿਹੜੇ ਸਾਡੇ ਏਜ ਲੋਕ ਨੇ ਉਹ ਇੱਦਾਂ ਦੀਆਂ ਚੀਜ਼ਾਂ ਨੂੰ ਪਸੰਦ ਕਰਦੇ ਨੇ। ਅਤੇ ਮੈਂ ਤਾਂ ਯੂਥ ਨੂੰ ਵੀ ਇਹ ਕਰੂੰਗਾ ਥੋੜ੍ਹੀ ਜਿਹੀ ਮੇਰੀ ਹੈਗੀ ਉਹਨਾਂ ਨੂੰ ਕਿ ਭਾਈ ਤੁਸੀਂ ਜ਼ਰੂਰ ਆਪਣੇ ਇਤਿਹਾਸਿਕ ਚੀਜ਼ਾਂ ਨੂੰ ਸੁਣਿਆ ਕਰੋ, ਉਹਨਾਂ ਨੂੰ ਜਾਣਿਆ ਕਰੋ, ਅਤੇ ਸਾਨੂੰ ਪਤਾ ਲੱਗੂਗਾ। ਕਿਉਂਕਿ ਹਰੀ ਸਿੰਘ ਨਲੂਆ ਜੀ ਬਾਰੇ ਸ਼ਾਇਦ ਪਹਿਲਾਂ ਸਾਨੂੰ ਸੁਣਨਾ ਵੀ ਸਰਚ ਵੀ ਕਰਨਾ ਪਸੰਦ ਨਹੀਂ ਸੀ ਕਰਦੇ, ਉਹਦਾ ਸੌਂਗ ਆਇਆ ਲੋਕਾਂ ਨੇ ਉਹਨੂੰ ਸਰਚ ਕਰਨਾ ਸ਼ੁਰੂ ਕੀਤਾ ਅਤੇ ਉਹਦੇ ਬਾਰੇ ਜਾਣਕਾਰੀ ਇਕੱਠੀ ਕਰਨੀ ਸ਼ੁਰੂ ਕੀਤੀ। ਅਤੇ ਓਬਵੀਅਸ ਆ ਉਹਨਾਂ ਦੇ ਸੁਣਿਆ ਸੀਗਾ, ਮੈਂ ਵੀ ਪਿਤਾ ਜੀ ਕਹਿ ਰਹੇ ਸੀਗੇ ਕਿ ਹੋ ਸਕਦਾ ਸੀਗਾ 7 ਤੋਂ 8 ਮਿੰਟ ਦਾ ਇਹ ਪੂਰਾ ਸੌਂਗ ਹੁੰਦਾ ਵਾਰ, ਲੇਕਿਨ ਕੁਦਰਤ ਦੀ ਜੋ ਕਹਿੰਦੇ ਹੁੰਦੇ ਆ ਕਿ ਰੱਬ ਦੀ ਜੋ ਹਾਂ ਸ਼ੂਟ ਬਾਰੇ ਸੀਗਾ ਕਿ ਜਦੋਂ ਇਹ ਗਾਣਾ ਪੂਰਾ ਹੋਣ, ਕਿਉਂਕਿ ਸਿੱਧੂ ਮੂਸੇਵਾਲਾ ਜੀ ਦੀ ਦਿੱਲੀ ਤਮੰਨਾ ਸੀਗੀ ਕਿ ਇਹ ਸੌਂਗ ਸ਼ੂਟ ਹੋਊਗਾ ਅਫਗਾਨਿਸਤਾਨ ਦੇ ਏਰੀਏ 'ਚ ਜਾ ਕੇ, ਜਿੱਥੇ ਪ੍ਰੋਪਰ ਇਹ ਘਟਨਾਕ੍ਰਮ ਸੀਗਾ ਪੂਰਾ, ਉਹਨਾਂ ਦਾ ਇਹ ਪਲਾਨ ਸੀਗਾ ਪਾਕਿਸਤਾਨ ਅਫਗਾਨਿਸਤਾਨ ਜਾ ਕੇ ਉਹਨਾਂ ਨੇ ਸ਼ੂਟ ਕਰਨਾ ਸੀਗਾ। ਲੇਕਿਨ ਆਪਾਂ ਨੂੰ ਪਤਾ ਕੁਦਰਤ ਅੱਗੇ ਫਿਰ ਕਿਹਦਾ ਜ਼ੋਰ ਆ ਜੀ, ਰੱਬ ਨੇ ਉਹਨਾਂ ਨੂੰ ਪਹਿਲਾਂ ਹੀ ਬੁਲਾ ਲਿਆ, ਅਤੇ ਲੇਕਿਨ ਇਹ ਬਹੁਤ ਕੁਛ ਹੋ ਸਕਦਾ ਸੀਗਾ ਸਾਡੇ ਯੂਥ ਦੇ ਲਈ ਪ੍ਰੇਰਨਾਦਾਇਕ। ਬਿਲਕੁਲ ਬਾਈ, ਜਿਹੜੇ ਬਾਈ ਦੇ ਗੱਲਾਂ ਸੁਣ ਰਹੇ ਨੇ ਹੁਣ ਇੰਟਰਵਿਊ ਦੇ ਵਿੱਚ, ਬਾਈ ਪੰਜਾਬੀਆਂ ਨੂੰ ਖਾਸ ਕਰ, ਵੈਸੇ ਤਾਂ ਪੂਰੇ ਦੇਸ਼ ਦੇ ਲਈ ਸੇਵਾ ਨਿਭਾ ਰਹੇ ਨੇ ਕਿ IPS UPSC ਜੇ ਤੁਸੀਂ ਕਰਨਾ ਤਾਂ ਫ੍ਰੀ ਦੇ ਵਿੱਚ ਤੁਹਾਨੂੰ ਬਹੁਤ ਸਾਰਾ ਕੰਟੈਂਟ ਬਾਈ ਆਪਦੇ ਚੈਨਲ ਤੇ ਦੇ ਰਹੇ ਆ, ਸਹੀ ਗੱਲ ਆ ਬਾਈ? ਹਾਂਜੀ, ਆਪਾਂ ਪੰਜਾਬ ਅੱਡਾ ਉੱਤੇ PCS, ਕਿਉਂਕਿ ਬੱਚਿਆਂ ਨੂੰ ਪੰਜਾਬੀ ਵੀ ਜਿਹੜੇ ਪੜ੍ਹਨਾ ਚਾਹੁੰਦੇ ਨੇ ਉਹਨਾਂ ਨੂੰ PCS ਦੀ ਤਿਆਰੀ ਆਪਾਂ ਪੰਜਾਬ ਅੱਡਾ 24/7 ਚੈਨਲ ਤੇ ਪੜ੍ਹਾ ਰਹੇ ਹਾਂ, ਨਾਲ ਹੋਰ ਜਿੰਨੇ ਵੀ ਸਰਕਾਰੀ ਜਿਹਨੂੰ ਆਪਾਂ ਸਿਸਟਮ ਕਹਿੰਦੇ ਹਾਂ ਉਹਦੇ ਪਿੱਛੇ ਆਪਾਂ ਇਹ ਪੜ੍ਹਾ ਰਹੇ ਹਾਂ ਕਿ ਬੱਚੇ ਤਿਆਰੀ ਕਰਨ, ਚਾਹੇ ਉਹ ਕਿਸੇ ਪੋਸਟ ਤੇ ਹੋਣ ਸਰਕਾਰੀ ਤੇ, ਉਹ ਸਿਸਟਮ 'ਚ ਜਾਣ, ਉਹਨਾਂ ਨੂੰ ਚੰਗੀਆਂ ਚੰਗੀਆਂ ਗੱਲਾਂ ਅਸੀਂ ਪੜ੍ਹਾਉਂਦੇ ਹਾਂ ਜਦੋਂ ਪੜ੍ਹਾਉਂਦੇ ਹੁੰਦੇ ਹਾਂ, ਅਤੇ ਸਿਸਟਮ 'ਚ ਜਾ ਕੇ ਦੇਸ਼ ਨੂੰ ਸੁਧਾਰਨ, ਕਿਉਂਕਿ ਬਿਊਰੋਕਰੇਸੀ ਆ ਜਿਹਨੇ ਦੇਸ਼ ਸੁਧਾਰਨਾ ਜੀ, ਉਹ ਚਾਹੇ ਤੁਸੀਂ ਕਲਰਕ ਦੀ ਪੋਸਟ ਹੋ ਚਾਹੇ IAS IPS ਹੋ, ਤਾਂ ਉਹ ਸਿਸਟਮ ਇੱਥੋਂ ਦੀ ਹੋ ਕੇ ਲੰਘਣਾ। ਅਤੇ ਇਸ ਕਰਕੇ ਜਿਹੜੇ ਮੈਂ ਚੈਨਲ ਦੀ ਗੱਲ ਕਰ ਰਿਹਾ ਪੰਜਾਬ ਅੱਡਾ 24/7, ਉਹ ਸਾਰੇ ਦੇ ਸਾਰੇ ਪੇਪਰਾਂ ਦੀ ਤਿਆਰੀ ਕਰਾ ਕੇ ਬੱਚਿਆਂ ਨੂੰ ਆਪਣੇ ਦੇਸ਼ ਨਾਲ, ਆਪਣੇ ਪੰਜਾਬ ਨਾਲ ਜੋੜਨ ਦੀ ਉਹ ਵੀ ਕੋਸ਼ਿਸ਼ 'ਤੇ ਹੈਗਾ ਜੀ। ਬਿਲਕੁਲ, ਤੁਸੀਂ ਤਾਂ ਬਹੁਤ ਘੱਟ ਪੈਸੇ ਲੈਂਦੇ ਹੋ, ਤੁਸੀਂ ਇਹ ਵੀ ਸ਼ੌਂਕ ਜਤਾਇਆ ਮੈਨੂੰ ਕਿ ਮੈਂ ਸਿਸਟਮ ਨੂੰ ਬਦਲਣ ਦੇ ਲਈ ਅਫਸਰ ਤਿਆਰ ਕਰਾਂਗਾ ਜਿਨ੍ਹਾਂ ਤੋਂ ਇੱਕ ਵੀ ਰੁਪਈਆ ਵੀ ਨਹੀਂ ਲਊਂਗਾ, ਮੇਰਾ ਪੂਰਾ ਸੁਪਨਾ ਜ਼ਿੰਦਗੀ ਦਾ। ਸਹੀ ਗੱਲ ਹੈ। ਹਾਂਜੀ ਹਾਂਜੀ ਹਾਂਜੀ, ਦੇਖੋ ਐਜੂਕੇਸ਼ਨ ਨਾ, ਤੁਸੀਂ ਕਿਸੇ ਨਾ ਵੱਡੇ ਕਿਸੇ ਫਿਲਾਸਫਰ ਨੂੰ ਸੁਣ ਕੇ ਦੇਖੋ, ਕਹਿੰਦੇ ਐਜੂਕੇਸ਼ਨ ਇੱਕ ਇੱਦਾਂ ਦਾ ਟੂਲ ਆ ਜਿਹੜਾ ਦੁਨੀਆ ਬਦਲ ਸਕਦਾ ਆ। ਨੈਲਸਨ ਮੰਡੇਲਾ ਜੀ ਦੀ ਗੱਲ ਕਰ ਲਓ, ਬੀਆਰ ਅੰਬੇਦਕਰ ਜੀ ਦੀ ਗੱਲ ਕਰ ਲਓ, ਉਹਨਾਂ ਨੇ ਇੱਕ ਐਜੂਕੇਸ਼ਨ ਦੇ ਜ਼ਰੀਏ ਦੇਸ਼ ਨੂੰ ਬਦਲਣ ਦੀ ਕੋਸ਼ਿਸ਼ ਕੀਤੀ ਆ। ਇੱਕ ਹੋਰ ਗੱਲ, ਆਪਣੇ ਸਿੱਖ ਇਤਿਹਾਸ 'ਚ ਹਰ ਇੱਕ ਬੰਦਾ ਜਿਹੜਾ ਉੱਠ ਕੇ ਇੱਕ ਗੱਲ ਦੱਸਦਾ ਕਿ ਸਾਡੇ ਯੋਧਿਆਂ ਨੇ ਜੀ ਤਲਵਾਰਾਂ ਨਾਲ ਲੜੇ ਆ, ਉਹ ਸਾਨੂੰ ਕਿਤੇ ਨਾ ਕਿਤੇ ਇਹ ਦੱਸਦੇ ਆ ਕਿ ਅਸੀਂ ਕਿਵੇਂ ਯੋਧੇ ਬਣਨਾ ਆ। ਮੈਂ ਇੱਕ ਹੋਰ ਗੱਲ ਕਹਿਣਾ ਚਾਹੁੰਦਾ ਕਿ ਸਾਡੇ ਗੁਰੂਆਂ ਨੇ ਸਾਨੂੰ ਇਕੱਲੀ ਤਲਵਾਰ ਚੱਕਣੀ ਨਹੀਂ ਸਿਖਾਈ, ਸ਼ਾਇਦ ਜਿਹੜਾ ਸਾਨੂੰ ਤਾਂ ਹਜੇ ਤੱਕ ਦੱਸਿਆ ਗਿਆ, ਸਾਨੂੰ ਦੱਸਿਆ ਗਿਆ ਕਿ ਤਲਵਾਰ ਚੱਕਣੀ ਜ਼ੁਰਮ ਦੇ ਖਿਲਾਫ ਚੱਕਣੀ, ਉਹ ਉਦੋਂ ਦੀ ਜ਼ਰੂਰਤ ਸੀਗੀ। ਜੇ ਤੁਸੀਂ ਅੱਜ ਕਹੋਗੇ ਅੱਜ ਅਸੀਂ ਤਲਵਾਰ ਚੱਕ ਕੇ ਲੰਘ ਜਾਈਏ ਕਿਸੇ ਗਲੀ ਮੁਹੱਲੇ ਵਿੱਚ, ਉਹ ਸ਼ਾਇਦ ਅੱਜ ਦੇ ਅਕੋਰਡਿੰਗ ਉਨਾ ਸਹੀ ਨਹੀਂ ਹੈਗਾ। ਗੁਰੂ ਜੀ ਨੇ ਸਾਨੂੰ ਕਲਮ ਦੀ ਪਾਵਰ ਵੀ ਦੱਸੀ ਸੀਗੀ ਜਿਹੜਾ ਸਾਨੂੰ ਕੋਈ ਦੱਸ ਨਹੀਂ ਰਿਹਾ। ਤੁਸੀਂ ਮੇਰੀ ਗੱਲ ਨਾਲ ਸਹਿਮਤ ਹੋਵੋਗੇ, ਜ਼ਫਰਨਾਮਾ ਕਲਮ ਦੀ ਤਾਕਤ ਹੀ ਸੀਗੀ ਜਿਹੜੀ ਗੁਰੂ ਗੋਬਿੰਦ ਸਿੰਘ ਜੀ ਨੇ ਦੱਸੀ ਸੀਗੀ। ਸ਼ਾਇਦ ਤੁਸੀਂ ਇੱਕ ਤਲਵਾਰ ਨਾਲ ਇੱਕ ਫੌਜੀ ਮਾਰ ਸਕਦੇ ਹੋ, ਬਟ ਜੇ ਜ਼ਾਲਮ ਰਾਜਾ ਮਾਰਨਾ ਨਾ ਤਾਂ ਜ਼ਫਰਨਾਮਾ ਕਲਮ ਨਾਲ ਲਿਖਿਆ ਗਿਆ ਸੀਗਾ। ਇਹ ਗੁਰੂ ਜੀ ਨੇ ਕਲਮ ਦੀ ਪਾਵਰ ਸਾਨੂੰ ਦੱਸੀ ਆ, ਅਤੇ ਮੈਂ ਉਹੀ ਚਾਹੁੰਦਾ ਕਿ ਸਾਡਾ ਜਿਹੜਾ ਯੂਥ ਆ ਉਹ ਕਲਮ ਦੀ ਪਾਵਰ ਨੂੰ ਸਮਝੇ, ਪੜ੍ਹਾਈ ਕਰੇ, ਐਜੂਕੇਸ਼ਨ ਲਵੇ। ਅੱਜ ਦੇ ਸਿਸਟਮ ਨੂੰ ਸੁਧਾਰਨ ਦੇ ਲਈ ਸਾਨੂੰ ਪੜ੍ਹਨਾ ਹੀ ਪੈਣਾ। ਐਜੂਕੇਸ਼ਨ ਮੋਸਟ ਇੰਪੋਰਟੈਂਟ ਟੂਲ ਆ ਜਿਹੜਾ ਕਿ ਸਾਨੂੰ ਬਦਲ ਸਕਦਾ, ਸਾਡੇ ਦੇਸ਼ ਨੂੰ ਬਦਲ ਸਕਦਾ ਜੀ। ਬਿਲਕੁਲ ਬਾਈ, ਇਸ ਗੀਤ ਵਿੱਚ ਕੁਛ ਵਿਵਾਦ ਵੀ ਜੁੜ ਗਏ ਕਿ ਮੁਹੰਮਦ ਤੇ ਕੀ ਖਾਨ, ਤੁਸੀਂ ਹਾਲਾਂਕਿ ਤਫਸੀਲ 'ਚ ਆਪਣੀ ਵੀਡੀਓ 'ਚ ਵੀ ਦੱਸਿਆ ਹੈ, ਇਹ ਇਤਿਹਾਸ ਜ਼ਰੂਰ, ਇਹ ਇਤਿਹਾਸਿਕ ਪੱਖ ਜ਼ਰੂਰ ਸਾਂਝਾ ਕਰੋ। ਜਦੋਂ ਅਸੀਂ ਇਤਿਹਾਸ ਬਾਰੇ ਪੜ੍ਹਦੇ ਹਾਂ ਨਾ, ਤੇ ਇੱਕ ਜਿਹੜੇ ਦੋ ਨਾਮ ਨੇ, ਇੱਕ ਤਾਂ ਹੈਗਾ 1834 ਦੀ ਗੱਲ ਆ, ਉਦੋਂ ਜਦੋਂ ਪੇਸ਼ਾਵਰ ਤੇ ਹਮਲਾ ਕੀਤਾ ਸੀ ਨਾ ਹਰੀ ਸਿੰਘ ਨਲੂਆ ਜੀ ਨੇ, ਤਾਂ ਉੱਥੇ ਮੁਹੰਮਦ ਸੁਲਤਾਨ ਰਾਜਾ ਸੀਗਾ, ਉਹਨੂੰ ਹਰਾਇਆ ਪਹਿਲਾਂ ਤਾਂ। ਉਦੋਂ ਬਾਅਦ ਇੱਕ ਕਾਬੁਲ ਏਰੀਆ ਪੈਂਦਾ ਅੱਗੇ, ਉਹਦਾ ਰਾਜਾ ਸੀਗਾ ਦੋਸਤ ਮੁਹੰਮਦ ਖਾਨ। ਇਹ ਉਹ ਦੋ ਉਸ ਟਾਈਮ ਦੇ ਸ਼ਾਸਕ ਨੇ, ਇਹਨਾਂ ਦਾ ਜੋ ਆਪਣੇ ਮੁਸਲਿਮ ਭਰਾ ਨੇ ਜੋ ਕਹਿੰਦੇ ਨੇ ਕਿ ਸ਼ਾਇਦ ਇਹ ਉਹਨਾਂ ਦੇ ਪੀਰ ਪੈਗੰਬਰ, ਉਹਨਾਂ ਦੇ ਨਾਲ ਰਿਲੇਟ ਕਰਕੇ, ਨਹੀਂ ਉਹਨਾਂ ਨਾਲ ਕੋਈ ਰਿਲੇਸ਼ਨ ਨਹੀਂ ਸੀਗਾ। ਹੁਣ ਆਪਾਂ ਜੇ ਗੱਲ ਕਰੀਏ, ਜਿਵੇਂ ਫਤਿਹ ਸਿੰਘ ਇੱਕ ਨਾਮ ਆ ਜੀ, ਆਪਣੇ ਸਾਹਿਬਜ਼ਾਦਿਆਂ ਦਾ ਨਾਮ ਆ, ਠੀਕ ਆ, ਤੇ ਫਤਿਹ ਸਿੰਘ ਚਲੋ ਮੇਰਾ ਵੀ ਨਾਮ ਰੱਖਿਆ ਹੋਇਆ। ਹੁਣ ਮੈਂ ਇਹ ਨਹੀਂ ਕਹਿੰਦਾ ਕਿ ਹਾਂ ਮੈਂ ਉਸ ਮਹਾਨਤਾ ਦੇ ਕਾਬਲ, ਸ਼ਾਇਦ ਨਹੀਂ ਆਪਾਂ ਹੈਗੇ ਨਹੀਂ, ਸ਼ਾਇਦ ਨਹੀਂ ਹੈ ਹੀ ਨਹੀਂ ਗੇ। ਇੱਦੀ ਬਹੁਤ ਸਾਰੇ ਆਪਣੇ ਇੱਦਾਂ ਦੇ ਨਾਮ ਹੋਏ ਨੇ ਜਿਹੜੇ ਉਹਨਾਂ ਦੇ ਇਤਿਹਾਸਕ ਆਪਣੇ ਜਿਹੜੇ ਸ਼ਖਸੀਅਤਾਂ ਨੇ ਗੁਰੂ ਨੇ ਉਹਨਾਂ ਦੇ ਨਾਮ ਨਾਲ ਰਿਲੇਟ ਕਰਦੇ ਨੇ। ਬਟ ਜੇ ਕੋਈ ਕਿਸੇ ਨੇ ਕੋਈ ਮਾੜਾ ਕੰਮ ਕੀਤਾ ਹੋਵੇ, ਆਪਾਂ ਉਹ ਚੰਗੇ ਨਾਲ
ठीक है, वह आपके देश लिए लड़ रहे थे, साढ़े हरि सिंह नलूआ जी अपने लिए लड़ रहे थे, जानिए अपनी अपनी एक देश की एक मिट्टी की लड़ाई सी, तो जिन्होंने शायद कुछ होंगे वैसे शरारती आंसरी दो चार होंगे ने जिन्हों का मन हों कि चलो असं क्यों ना अपनी लाइम लाइट च आ जाइए अपनी इदा की गल करके, वह जोड़े सियाने लोग समझ गए थे, ਜਿਹੜੇ ਨਹੀਂ ਸਿਆਣੇ ਉਹਨਾਂ ਨੂੰ ਜਿੰਨਾ ਮਰਜ਼ੀ ਸਮਝਾ ਲਓ ਉਹਨਾਂ ਨੇ ਸਮਝਣਾ ਤੱਕਿਆ ਹੀ ਨਹੀਂ ਹੁੰਦਾ, ਉਹਨਾਂ ਨੇ ਸਮਝਣਾ ਨਹੀਂ ਕਹਿੰਦਾ ਵੀ ਨਿਤ ਕੰਟਰੋਵਰਸੀ ਕ੍ਰੀਏਟ ਮਿਲੂਗੀ 295 ਚ ਕਹਿ ਗਏ ਉਹ, ਬਸ ਉਹ ਚਾਹੁੰਦੇ ਆ ਨਾ ਵੀ ਅਸੀਂ ਆਪਣੇ ਆਪ ਨੂੰ ਲਾਈਮਲਾਈਟ ਚੱਕੋ, ਉਦਾਂ ਕੌਣ ਪੁੱਛੇ ਫਿਰ ਇਹਨਾਂ ਨੂੰ, ਇਹ ਵੀ ਹੈ ਨਾ ਕਿਸੇ ਨੇ ਕਿੱਦਾਂ ਰੋਟੀ ਖਾਣੀ ਕਿਸੇ ਨੇ ਕਿੱਦਾਂ ਖਾਣੀ, ਤਾਂ ਉਹਨਾਂ ਨੇ ਇਦਾਂ ਹੀ ਖਾਣੀ, ਉਹਨਾਂ ਦਾ ਆਦਤ ਆ, ਇਹ ਸਭ ਜਗ੍ਹਾ ਹੁੰਦੇ ਦਾ ਸ਼ਰਾਮ ਤੇ ਅਸਰ ਹੁੰਦੇ 2-4% ਹੀ ਆ, ਪਰ ਦੁੱਖ ਇੱਥੇ ਲੱਗਦਾ ਕਿ ਜਦੋਂ ਆਪਣੇ ਆਪ ਨੂੰ ਉਹ ਸਾਰੇ ਲੋਕਾਂ ਦਾ ਠੇਕੇਦਾਰ ਮੰਨ ਕੇ ਅੱਗੇ ਆਉਂਦੇ ਨੇ, ਤੇ ਉਹ ਹੁੰਦੇ ਨਹੀਂ ਵੈਸੇ ਉਹ ਠੇਕੇਦਾਰ, ਆਮ ਜਨਤਾ ਆਮ ਪਬਲਿਕ ਬਹੁਤ ਸਮਝਦਾਰ ਆ, ਪੜ੍ਹੇ ਲਿਖੇ ਲੋਕ ਨੇ ਆਪਣੇ ਦੇਸ਼ ਦੇ, ਤੇ ਉਹ ਹੋਰ ਵੀ ਅੱਗੇ ਪੜ੍ਹ ਰਹੇ ਨੇ ਤੇ ਬਹੁਤ ਜ਼ਿਆਦਾ ਉਹ ਸਮਝਦਾਰੀ ਨਾਲ ਗੱਲਾਂ ਕਰਨਗੇ। ਮਨ ਕਰਦਾ ਕਿ ਮੂਸੇ ਵਾਲਾ ਪਿੰਡ ਜਾ ਕੇ ਆਈਏ, ਮਾਨਸਾ ਜਾ ਕੇ? ਮੇਰੀ ਦਿਲੀ ਤਾਂ ਮੰਨਾ ਤਾਂ ਬਹੁਤ ਆ ਜੀ, ਬਾਕੀ ਪਰਮਾਤਮਾ ਨੇ ਚਾਹਿਆ ਤਾਂ ਜਲਦੀ ਹੀ ਮੈਂ ਉਹਨਾਂ ਦੇ ਫਾਦਰ ਸਾਹਿਬ ਨੂੰ ਮਿਲ ਕੇ ਆਊਂਗਾ, ਤੇ ਮੈਂ ਕਿਉਂਕਿ ਮੈਂ ਉਹ ਪਿਤਾ ਦੇਖਣਾ ਚਾਹੁੰਦਾ ਜਿਹਨਾਂ ਇੱਦਾਂ ਦਾ ਇੱਕ ਪੁੱਤ, ਉਹ ਮਾਂ ਦੇਖਣਾ ਚਾਹੁੰਦਾ ਜਿਹਨਾਂ ਨੇ ਇੱਕ ਪੁੱਤ ਪਹਿਲਾਂ ਇੱਦਾਂ ਪਾਲ ਕੇ ਵੱਡਾ ਕੀਤਾ, ਫਿਰ ਉਹਨਾਂ ਦੇ ਅੱਖਾਂ ਸਾਹਮਣੇ ਉਹ ਗਿਆ, ਸ਼ਾਇਦ ਉਹ ਦੁੱਖ ਤਾਂ ਮੈਂ ਕਹਿੰਦਾ ਵੀ ਇੱਕ ਪਹਾੜ ਵੀ ਛੋਟਾ ਪੈ ਜੂ ਉਸ ਦੁੱਖ ਦੇ ਮੂਹਰੇ, ਬਟ ਉਹਨਾਂ ਦਾ ਜਿਗਰਾ ਕਿੱਡਾ ਹੋਊਗਾ ਜਿਹਨਾਂ ਨੇ ਏਡਾ ਵੱਡਾ ਜਿਹੜਾ ਇਨਸਾਨ ਗਿਆ ਤੇ ਉਹਦਾ ਸਬਰ ਝੱਲ ਕੇ ਬੈਠਣਾ, ਜੇ ਵੀ ਇੱਕ ਵਾਰ ਜ਼ਰੂਰ ਮੈਂ ਮਿਲ ਕੇ ਆਊਂਗਾ ਉਹਨਾਂ ਨੂੰ ਜਦੋਂ ਜਲਦੀ। ਅੱਛਾ ਬਾਈ, ਜਿੱਥੇ ਤੁਸੀਂ ਕੰਮ ਕਰਦੇ ਹੋ ਯਕੀਨਨ ਤੁਹਾਡੇ ਨਾਲ ਇੱਕ ਟੈਕਨੀਕਲ ਟੀਮ ਹੋਊਗੀ, SEO ਵੇਖਣ ਵਾਲੇ ਬੰਦੇ ਵੀ ਹੋਣਗੇ ਨਾ, ਵੀ ਕਿਹੜੀ ਚੀਜ਼ ਸਰਚ ਹੋ ਰਹੀ ਹੈ? ਜਦੋਂ ਮੂਸੇਵਾਲੇ ਦਾ ਗੀਤ ਆਇਆ ਤੁਹਾਡਾ ਨਾਂ ਸਰਚ ਹੋਣ ਲੱਗ ਪਿਆ ਸੀ? ਅੱਜ ਵੀ ਤੁਸੀਂ ਪੰਜਾਬ GK ਬਸ ਇੰਨਾ ਲਿਖੋ, ਥੱਲੇ ਬਾਈ ਫਤਿਹ ਸਿੰਘ ਸਰ ਆਪਣੇ ਆਪ ਆਉਂਦਾ ਜੀ। ਹਾਂਜੀ ਹਾਂਜੀ, ਅੱਜ ਵੀ ਕਿਉਂਕਿ ਪੰਜਾਬ GK ਨੂੰ ਮੈਂ ਬਹੁਤ ਦਿਲੋਂ ਪੜ੍ਹਾਉਣਾ ਹੁੰਦਾ, ਇਤਿਹਾਸ ਨੂੰ ਬਹੁਤ ਦਿਲੋਂ ਪੜ੍ਹਾਉਣਾ, ਇਹਦੇ ਨਾਲ ਹੋਰ ਵੀ ਵੀਡੀਓ ਮੈਂ ਦੱਸੀਆਂ ਨਾ, ਜਲਦੀ ਸਟੂਡੈਂਟਸ ਨੂੰ ਜਿਹੜੇ ਮੇਰੇ ਰੈਗੂਲਰ ਸਟੂਡੈਂਟ ਨੇ ਜਾਂ ਹੋਰ ਵੀ ਜਿਹੜੇ ਪੰਜਾਬ ਵਾਸੀ ਸੁਣਨਾ ਚਾਹੁੰਦੇ ਨੇ, ਜਲਦੀ ਇੱਕ ਦੋ ਪ੍ਰੋਜੈਕਟ ਵਧੀਆ ਆਉਣਗੇ। ਪੜ੍ਹਾਈ ਦੇ ਨਾਲ ਨਾਲ ਮੇਰੀ ਤਮੰਨਾ ਕਿ ਮੈਂ ਕਿਉਂ ਨਾ ਬਾਕੀ ਲੋਕਾਂ ਨੂੰ ਵੀ ਕਲਚਰ ਨਾਲ ਜੋੜੀਏ, ਪੰਜਾਬ ਨਾਲ ਜੋੜੀਏ, ਕਿਉਂਕਿ ਉਹੀ ਗੱਲ ਮੈਂ ਪਹਿਲਾਂ ਕਿਹਾ ਕਿ ਪੰਜਾਬ ਕਹਿਣ ਨਾਲ ਪੰਜਾਬ ਨਹੀਂ ਸਾਡਾ ਹੋਣਾ, ਸਾਨੂੰ ਇੱਥੇ ਹੱਕ ਜਿਤਾਉਣਾ ਪੈਣਾ, ਹਰੇਕ ਬੰਦਾ ਆਪਣੇ ਆਪਣੇ ਤਰੀਕੇ ਨਾਲ ਇਹਦੀ ਸੇਵਾ ਕਰ ਰਿਹਾ। ਹੁਣ ਤੁਸੀਂ ਵਧੀਆ, ਮੈਂ ਕਿਉਂਕਿ ਤੁਹਾਡੇ ਚੈਨਲ ਨੂੰ ਕਾਫੀ ਟਾਈਮ ਤੋਂ ਜਾਣਦਾ, ਪਹਿਲਾਂ ਵੀ ਮੈਂ ਸੁਣਦਾ ਰਿਹਾ, ਤੁਸੀਂ ਬਹੁਤ ਹੀ ਪਬਲਿਕ ਦੇ ਮੁੱਦੇ ਉਠਾ ਕੇ ਲੋਕਾਂ ਤੱਕ ਲੈ ਕੇ ਜਾਂਦੇ ਹੋ, ਇਹ ਤੁਹਾਡਾ ਕੰਮ ਕਰਨ ਦਾ ਤਰੀਕਾ ਪੰਜਾਬ ਦੇ ਲਈ, ਠੀਕ ਆ? ਇਦੀ ਜੇ ਕੋਈ ਟੀਚਰ ਆ ਉਹ ਆਪਣਾ ਕੰਮ ਕਰ ਰਿਹਾ, ਜੇ ਕੋਈ ਹੋਰ ਬੰਦਾ ਉਹ ਆਪਣਾ ਕੰਮ ਕਰ ਰਿਹਾ, ਬਸ ਦਿੱਕਤ ਉੱਥੇ ਆਉਂਦੀ ਜਦੋਂ ਅਸੀਂ ਆਪਣਾ ਕੰਮ ਛੱਡ ਕੇ ਕੰਮ ਖਰਾਬ ਕਰਨ ਵਾਲੇ ਹੋ ਜਾਂਦੇ ਹਾਂ। ਜਦੋਂ ਹਰੇਕ ਆਦਮੀ ਹਰੇਕ ਇਨਸਾਨ ਜਿਹੜਾ ਪੰਜਾਬ ਦਾ ਵਾਸੀ ਆ, ਸਾਡੇ ਦੇਸ਼ ਦਾ ਵਾਸੀ ਆ, ਆਪਣੀ ਡਿਊਟੀ ਨਿਭਾਉਣ ਲੱਗ ਪਿਆ ਨਾ, ਤਾਂ ਦੇਸ਼ ਆਟੋਮੈਟਿਕਲੀ ਤਰੱਕੀ ਦੇ ਰਾਹ ਤੇ ਚਲੇ ਜਾਣਾ। ਬਿਲਕੁਲ ਬਾਈ, ਬਹੁਤ ਮਿਹਨਤ ਕਰ ਰਹੇ ਨੇ, ਸੇਵਾ ਨਿਭਾ ਰਹੇ ਨੇ, ਇੰਨੀਆਂ ਜਾਣਕਾਰੀਆਂ ਇਕੱਠੀਆਂ ਕਰਕੇ ਆਪਦੇ ਚੈਨਲ ਤੇ ਪਾਉਂਦੇ ਆ। ਬਾਈ ਦੀ ਵੀਡੀਓ ਦੇਖਣ ਦੇ ਲਈ, ਜਿਹੜੀ ਤੁਹਾਡੀ ਵੀਡੀਓ ਸੀ ਬਾਈ, ਅਸੀਂ ਲਿੰਕ ਡਿਸਕ੍ਰਿਪਸ਼ਨ 'ਚ ਪਾ ਦਾਂਗੇ, ਤੇ ਇਹਨਾਂ ਦਾ ਚੈਨਲ ਸਬਸਕ੍ਰਾਈਬ ਕਰ ਲਓ, ਕਿਉਂਕਿ ਪੰਜਾਬ ਪੱਖੀ ਜਾਂ ਪੰਜਾਬ ਨਾਲ ਜੁੜੀਆਂ ਬਹੁਤ ਸਾਰੀਆਂ ਜਾਣਕਾਰੀਆਂ ਇਹ ਲਗਾਤਾਰ ਲੈ ਕੇ ਆ ਰਹੇ ਆ। ਬਾਈ ਗਾਂ ਕੀ ਕੁਛ ਆ ਰਿਹਾ ਫਿਰ ਪੰਜਾਬ? ਇੱਕ ਤਾਂ ਮੈਂ ਜਲਦੀ ਹੀ ਬਾਬਾ ਦੀਪ ਸਿੰਘ ਜੀ ਤੇ ਇੱਕ ਲੈ ਕੇ ਆ ਰਿਹਾ ਵੀਡੀਓ ਪ੍ਰੋਪਰ, ਤੇ ਇੱਕ ਮੈਂ ਸ਼ੋਅ ਲੈ ਕੇ ਆਉਣ ਆ ਰਿਹਾ ਜਲਦੀ ਹੀ ਕਿ ਪੰਜਾਬ ਦੇ ਜ਼ਿਲ੍ਹਿਆਂ ਬਾਰੇ ਆਪਾਂ ਬਣਾਉਣਾ, ਵੀ ਪੰਜਾਬ ਦਾ ਇੱਕ ਜ਼ਿਲ੍ਹਾ ਚੱਕਾਂਗੇ, ਉਹਦੇ ਬਾਰੇ ਪੂਰੀ ਜਾਣਕਾਰੀ, ਇੱਕ ਲੈਕਚਰ 2 ਕਲਾਸਾਂ ਵਿੱਚ ਜਿੰਨੇ 'ਚ ਹੋਊਗਾ, ਤੇ ਇੱਦਾਂ ਪੂਰੇ ਦੇ ਪੂਰੇ 23 ਜ਼ਿਲ੍ਹਿਆਂ ਬਾਰੇ, ਉਹਨਾਂ ਦਾ ਇਤਿਹਾਸਕ ਪੱਖ, ਉਹਨਾਂ ਦੇ ਵਿੱਚ ਕਿਹੜੀਆਂ ਕਿਹੜੀਆਂ ਜਗ੍ਹਾ ਜਿਹੜੀਆਂ ਘੁੰਮਣ ਲਾਇਕ ਨੇ ਜਾਂ ਉਸ ਜ਼ਿਲ੍ਹੇ ਦੀ ਹਿਸਟਰੀ ਕੀ ਆ, ਉਹ ਸਾਰੀਆਂ ਚੀਜ਼ਾਂ ਦੱਸਣ ਦੀ ਕੋਸ਼ਿਸ਼ ਕੀਤੀ ਜਾਊਗੀ। ਇਹ ਪੜ੍ਹਾਈ ਤੋਂ ਹਟ, ਕਿਉਂਕਿ ਪੜ੍ਹਾ ਕੇ ਤਾਂ ਜਿਹੜੇ ਮੇਰੇ ਇਕੱਲੇ ਸਟੂਡੈਂਟ ਨੇ ਉਹ ਆਉਂਦੇ ਨੇ ਜਿਨ੍ਹਾਂ ਨੇ ਪੇਪਰ ਕਲੀਅਰ ਕਰਨਾ, ਕਿਉਂਕਿ ਉਹਨਾਂ ਦਾ ਇੱਕ ਮੋਟਿਵ ਹੁੰਦਾ ਕਿ ਬਸ ਉਹਨਾਂ ਕੁ ਪੜ੍ਹੀਏ ਜਿੰਨਾ ਪੇਪਰ 'ਚ ਆਉਣਾ, ਤੇ ਕੁਛ ਉਹ ਲੋਕ ਜਿਹੜੇ ਵੱਧ ਪੜ੍ਹਨਾ ਚਾਹੁੰਦੇ ਨੇ ਉਹਨਾਂ ਦੇ ਲਈ ਮੈਂ ਕੁਛ ਇਦਾਂ ਦਾ ਕਰ ਰਿਹਾ ਜੀ, ਉਹਨਾਂ ਲਈ ਜ਼ਰੂਰ ਜਲਦੀ ਹੀ ਆਊਗਾ ਸ਼ੋਅ ਵਾਲਾ ਵੀ। ਹਾਂਜੀ। ਅੱਛਾ ਬਾਈ, ਕੋਈ ਹੋਰ ਗੱਲ ਜਿਹੜੀ ਤੁਹਾਡੀ ਦਿਲ ਦੀ ਪੰਜਾਬੀਆਂ ਨਾਲ ਕਰਨੀ ਚਾਹੁੰਦੇ ਹੋ, ਜ਼ਰੂਰ ਸਾਂਝੀ ਕਰੋ। ਪੰਜਾਬੀਆਂ ਨੂੰ ਮੈਂ ਇਹੀ ਕਹਿਣਾ ਚਾਹੁੰਦਾ ਕਿ ਇੱਕ ਤਾਂ ਸਭ ਤੋਂ ਜ਼ਰੂਰੀ ਪੜ੍ਹਾਈ, ਜਿਹੜੀ ਮੈਨੂੰ ਦਿੱਲੀ ਲੱਗਦਾ ਕਿ ਐਜੂਕੇਸ਼ਨ ਇੱਕ ਇਦਾਂ ਦੀ ਚੀਜ਼ ਆ ਜਿਹਨੂੰ ਤੁਸੀਂ ਵੱਧ ਤੋਂ ਵੱਧ ਗੇਨ ਕਰੋ, ਪੰਜਾਬ ਨਾਲ ਪਿਆਰ ਕਰੋ, ਠੀਕ ਆ? ਕੱਲਾ ਮੈਂ ਪਹਿਲਾਂ ਵੀ ਤੁਹਾਡੇ ਨਾਲ ਉਹ ਗੱਲ ਕੀਤੀ ਕਿ ਸਿਸਟਮ ਨੂੰ ਬੁਰਾ ਕਹਿਣ ਨਾਲ ਸਿਸਟਮ ਸਹੀ ਨਹੀਂ ਹੋਣਾ, ਕਹਿੰਦੇ ਲੀਡਰ ਉਹ ਹੁੰਦਾ ਜਿਹੜਾ ਪ੍ਰੋਬਲਮ ਗਣਾਵੇ ਨਾ ਉਹਦਾ ਸੋਲੂਸ਼ਨ ਦੇਵੇ, ਤੇ ਪੰਜਾਬ ਦੇ ਵਿੱਚ ਹਰੇਕ ਬੰਦਾ ਆਪਣਾ ਲੀਡਰ ਆਪ ਆ, ਉਹਨੂੰ ਸਮੱਸਿਆਵਾਂ ਇਕੱਲੇ ਇਕੱਲੇ ਬੰਦੇ ਨੂੰ ਪਤਾ। ਅੱਜ ਮੈਂ ਇੱਥੇ ਖੜਾ ਹੋ ਕੇ ਪ੍ਰੋਬਲਮ ਦੱਸਣ ਲੱਗ ਪਾਂ ਕਿ ਸਾਡੇ ਪੰਜਾਬ 'ਚ ਆਹ ਪ੍ਰੋਬਲਮ ਪਤਾ ਸਾਨੂੰ, ਅਸੀਂ ਸੋਲੂਸ਼ਨ ਦੇਖਣਾ ਆ, ਤੇ ਉਹ ਸੋਲੂਸ਼ਨ ਸਾਡੇ ਹਰੇਕ ਦੇ ਵਿੱਚ ਆ। ਜੇ ਇੱਕ ਮੰਨ ਲਓ ਐਗਜ਼ਾਮਪਲ ਦੇ ਲਈ, ਇੱਕ ਬੰਦਾ ਖੇਤੀ ਕਰਦਾ ਆ, ਉਹਦੇ ਜ਼ਰੀਏ ਸੋਲੂਸ਼ਨ ਲੱਭ ਸਕਦਾ। ਇੱਕ ਟੀਚਰ ਪੜ੍ਹਾ ਰਿਹਾ ਆ, ਉਹਦੇ ਜ਼ਰੀਏ ਲੱਭ ਸਕਦਾ ਸੋਲੂਸ਼ਨ। ਤੇ ਇੱਕ ਮੇਰੀ ਦਿਲੀ ਰਿਕੁਐਸਟ ਆ, ਜਿਹੜੇ ਟੀਚਰਸ ਨੇ ਸਪੈਸ਼ਲੀ, ਚਾਹੇ ਉਹ ਪ੍ਰਾਈਵੇਟ ਨੇ ਜਾਂ ਸਰਕਾਰੀ ਨੇ, ਜੇ ਉਹ ਆਪਣੀ ਜ਼ਿੰਮੇਵਾਰੀ ਸਹੀ ਤਰੀਕੇ ਨਾਲ ਨਿਭਾਉਣ ਲੱਗ ਪਏ ਨਾ, ਤਾਂ ਸਾਡੇ ਦੇਸ਼ ਨੂੰ ਤੇ ਪੰਜਾਬ ਨੂੰ ਅੱਗੇ ਵਧਣ ਤੋਂ ਕੋਈ ਵੀ ਪਾਵਰ ਨਹੀਂ ਰੋਕ ਸਕਦੀ, ਕਿਉਂਕਿ ਉਹਨਾਂ ਦੀ ਸੋਝੀ ਐਡੀ ਕੁ ਜਾਣੀ ਨਾ ਆਮ ਲੋਕਾਂ ਦੀ, ਜਿਨ੍ਹਾਂ ਨੇ ਲੀਡਰ ਵੀ ਵਧੀਆ ਚੁਣਨ ਲੱਗ ਪੈਣੇ ਆ, ਸਾਡੀਆਂ ਸਰਕਾਰਾਂ ਵੀ ਵਧੀਆ ਚੁਣਨ ਲੱਗ ਪੈਣੀਆਂ, ਉਹ ਅਵੇਅਰ ਵੀ ਹੋ ਜਾਣਗੇ, ਤੇ ਜਿਹੜੇ ਆਪਾਂ ਕਹਿੰਦੇ ਸਿਸਟਮ ਖਰਾਬ, ਉਹਨਾਂ ਨੇ ਸਿਸਟਮ ਵੀ ਆਪੇ ਸਹੀ ਕਰ ਲੈਣਾ ਫਿਰ, ਕਿਉਂਕਿ ਜਦੋਂ ਇੱਕ ਪਾਸੇ ਸਿਸਟਮ ਥੋੜ੍ਹਾ ਜਿਹਾ
ਹੌਲੀ ਹੌਲੀ ਕਰਕੇ ਸਾਰਾ ਪੰਜਾਬ ਸਾਰਾ ਦੇਸ਼ ਆਪਣੀ ਡਿਊਟੀ ਨਿਭਾਊਗਾ ਤੇ ਆਪਾਂ ਅੱਗੇ ਵੱਲ ਵਧਾਂਗੇ ਜੀ। ਅੱਗੇ ਵੱਲ ਵਧਾਂਗੇ ਬਿਲਕੁਲ ਬਾਈ। ਇੱਕ ਗੁਣ ਮੂਸੇ ਵਾਲਾ ਨੂੰ ਹੀਰਿਆਂ ਦੀ ਪਛਾਣ ਸੀ, ਤੁਹਾਨੂੰ ਲੱਭ ਕੇ ਆਪਣੇ ਗੀਤ 'ਚ ਸ਼ਾਮਿਲ ਕੀਤਾ ਤੇ ਦੱਸਤਾ ਕਿ ਪੰਜਾਬੀ ਹੋ, ਇਹ ਬਾਈ ਤੋਂ ਸਿੱਖੋ, ਬਹੁਤ ਕੁਛ ਪੰਜਾਬ ਲਈ ਚੰਗਾ ਕਰ ਰਹੇ। ਮੈਂ ਤਾਂ ਕਹਿੰਦਾ ਮੇਰੀ ਖੁਸ਼ਕਿਸਮਤੀ ਉਹਨਾਂ ਨੇ ਮੈਨੂੰ ਵਿੱਚ ਪਾ ਲਿਆ। ਚਲੋ ਮੈਂ ਉਹੀ ਦੇਖੋ, ਹੀਰਾ ਤਾਂ ਐਂ ਆ ਵੀ ਹਰੇਕ ਹੀਰਾ ਆ, ਤੁਸੀਂ ਆਪਦਾ ਕੰਮ ਕਰ ਰਹੇ ਹੋ, ਤੁਸੀਂ ਹੀਰੇ ਹੋ, ਠੀਕ ਆ। ਤੁਸੀਂ ਇੰਨੇ ਵਧੀਆ ਟੌਪਿਕ ਲੈ ਕੇ ਜਾਂਦੇ ਹੋ, ਕਿਉਂਕਿ ਜੇ ਤੁਹਾਨੂੰ ਜਿਹੜੇ ਜੁੜੇ ਹੋਏ ਤੁਹਾਡੇ ਨਾਲ ਪਤਾ ਕਿ ਤੁਸੀਂ ਕਿੱਦਾਂ ਦੇ ਮੁੱਦੇ ਲੈ ਕੇ ਜਾਂਦੇ ਹੋ, ਤੁਸੀਂ ਆਪਣਾ ਕੰਮ ਹੀਰੇ ਵਾਂਗੂ ਕਰ ਰਹੇ ਹੋ, ਤੁਸੀਂ ਹੀਰੇ ਹੋ ਜੀ, ਠੀਕ ਆ। ਜੇ ਕੋਈ ਮੰਨ ਲਓ ਸੁਣ ਰਿਹਾ ਬੰਦਾ ਆਪਣੀ ਵੀਡੀਓ, ਜੇ ਉਹ ਸੁਣ ਕੇ ਉਹਨੂੰ ਇੰਪਲੀਮੈਂਟ ਕਰੇ, ਉਹ ਵੀ ਹੀਰਾ ਆ, ਸਮਝੇ ਗੱਲ। ਕਿਉਂਕਿ ਗੱਲਾਂ ਸੁਣਨੀਆਂ ਅਲੱਗ ਚੀਜ਼, ਉਹਨੂੰ ਅਪਣਾਉਣਾ, ਉੱਤੇ ਕੰਮ ਕਰਨਾ ਵੀ ਇੱਕ ਹੀਰੇ ਦੀ ਪਹਿਚਾਣ ਆ। ਤੇ ਜੇ ਇੱਕ ਬੰਦਾ ਆਪਣੀ ਵੀਡੀਓ ਸੁਣ ਕੇ ਉਹਨੂੰ ਅਪਣਾਵੇ ਕਿ ਹਾਂ ਮੈਂ ਪੜ੍ਹਾਈ ਕਰਾਉਣੀ ਆ, ਪੜ੍ਹਨਾ ਆਪਣੇ ਬੱਚਿਆਂ ਨੂੰ ਪੜ੍ਹਾਉਣਾ, ਤਾਂ ਉਹ ਵੀ ਹੀਰਾ ਹੀ ਆ ਜੀ। ਇਹ ਜਿਹੜੇ ਜਿਵੇਂ ਸਿੱਧੂ ਮੂਸੇਵਾਲਾ ਜਾਂ ਹੋਰ ਜਿੰਨੇ ਵੀ ਸਾਡੇ ਪੰਜਾਬ ਦੇ ਜਿਹੜੇ ਲੋਕ ਨੇ, ਜਿਹੜੇ ਬੜੇ ਮਹਾਨ ਲੋਕ ਨੇ, ਉਹਨਾਂ ਤੋਂ ਸਾਨੂੰ ਸਿੱਖਣ ਦੀ ਲੋੜ ਹੁੰਦੀ ਆ। ਜਿਵੇਂ ਪਹਿਲਾਂ ਦੱਸਿਆ ਕਿ ਉਹਨਾਂ ਨੇ ਸਾਰਾ ਕੁਛ ਹੁੰਦਿਆਂ ਸੁਣਦਿਆਂ ਉਹ ਪੰਜਾਬ 'ਚ ਬੈਠੇ ਸੀਗੇ, ਉਹ ਬਹੁਤ ਸਾਰੇ ਲੋਕਾਂ ਨੂੰ ਸੇਧ ਦੇ ਰਹੇ ਸੀਗੇ। ਅਸੀਂ ਬਸ ਉਹਨਾਂ ਨੂੰ ਗਾਣੇ ਤੱਕ ਸਮਝਿਆ ਕਿ ਹਾਂ ਸਿੱਧੂ ਮੂਸੇਵਾਲਾ ਨੇ ਕਰਤਾ ਚੱਕ ਲਓ ਧਰ ਲਓ। ਉਹ ਵੱਡੀ ਗੱਲ ਆ ਕਿ ਜਹਾਜ਼ 'ਚ ਚੜ੍ਹੇ ਪੰਜਾਬੀਆਂ ਨੂੰ ਟਰੈਕਟਰ ਤੇ ਬਾਉਣਾ, ਉਹ ਵੀ ਇਹ ਮੂਸੇਵਾਲਾ ਦਾ ਹਿੱਸਾ ਹੈ, ਉਹ ਵੀ ਇੱਕ ਸ਼ੌਂਕ ਨਾਲ। ਸਭ ਤੋਂ ਵੱਡੀ ਗੱਲ ਟਰੈਕਟਰ ਤੇ ਬਣਾਉਣਾ, ਬੰਦਾ ਕਹਿੰਦਾ ਮਜਬੂਰੀ 'ਚ ਬੈਠੇ ਨੇ, ਸ਼ੌਂਕ ਨਾਲ ਉਹਨੇ ਸ਼ੌਂਕ ਨਾਲ ਬਿਠਾਤੇ ਕਿ ਤੁਸੀਂ ਆਹ ਵੀ ਕੰਮ ਕਰ ਸਕਦੇ ਹੋ। ਤੇ ਅੰਨਦਾਤਾ ਹੋਣਾ ਮੈਂ ਕਹਿੰਦਾ ਗੌਰਵ ਦੀ ਗੱਲ ਆ, ਕੋਈ ਸ਼ਰਮ ਵਾਲੀ ਗੱਲ ਨਹੀਂ ਹੈਗੀ। ਬਸ ਸਾਨੂੰ ਲੋੜ ਆ ਕਿ ਅਸੀਂ ਕਿਵੇਂ ਇਸ ਚੀਜ਼ ਨੂੰ ਹੋਰ ਠੀਕ ਕਰੀਏ। ਖੇਤੀ ਤਾਂ ਬਾਬੇ ਨਾਨਕ ਨੇ ਵੀ ਕੀਤੀ, ਉਹਨੇ ਪਵਿੱਤਰ ਕਿੱਤਾ ਦੱਸਿਆ ਆ, ਉਹਨੂੰ ਅਸੀਂ ਠੀਕ ਕਿਵੇਂ ਕਰਨਾ ਸਾਡੀ ਜ਼ਿੰਮੇਵਾਰੀ ਆ, ਠੀਕ ਆ। ਸਾਡਾ ਵਾਤਾਵਰਨ ਪਵਨ ਗੁਰੂ ਪਾਣੀ ਪਿਤਾ ਬਾਣੀ 'ਚ ਲਿਖਿਆ ਆ, ਉਹ ਚੀਜ਼ਾਂ ਸੁਣੀਆਂ ਸੀ ਸਾਰਿਆਂ ਨੇ ਆ, ਅਸੀਂ ਉਹਨੂੰ ਇੰਪਲੀਮੈਂਟ ਹੀ ਨਹੀਂ ਕਰਦੇ। ਬਸ ਉਹਨੂੰ ਇੰਪਲੀਮੈਂਟ ਕਰਨ ਦੀ ਲੋੜ ਆ, ਤੇ ਹੌਲੀ ਹੌਲੀ ਇਹ ਐਜੂਕੇਸ਼ਨ ਇੱਦਾਂ ਦੀ ਜਿਹੜੀ ਸਾਰਾ ਕੁਛ ਕਰਾਊਗੀ ਸਾਡੇ ਕੋਲ। ਬਾਈ ਬਹੁਤ ਬਹੁਤ ਧੰਨਵਾਦ, ਤੁਸੀਂ ਕੀਮਤੀ ਸਮਾਂ ਕੱਢਿਆ, ਗੁੜਗਾਉਂ ਤੋਂ ਆਏ ਹੋ, ਸਾਰਿਆਂ ਨਾਲ ਗੱਲਬਾਤ ਕੀਤੀ। ਕੋਈ ਆਖਰੀ ਗੱਲ ਜਿਹੜੀ ਸਾਂਝੀ ਕਰਨਾ ਚਾਹੁੰਦੇ ਹੋ? ਆਖਰੀ ਗੱਲ ਬਸ ਇਹੀ ਆ ਕਿ ਪੰਜਾਬੀਓ, ਆਪਣੇ ਅੰਦਰ ਝਾਤੀ ਮਾਰੋ, ਠੀਕ ਆ, ਤੇ ਆਪਣਾ ਪਹਿਚਾਣੋ। ਪੰਜਾਬ ਕਹਿਣਾ ਸਾਡਾ ਇੱਕ ਛੋਟੀ ਜਿਹੀ ਗੱਲ, ਉਹਨੂੰ ਕਹਾਉਣਾ, ਉਹਨੂੰ ਅਪਣਾਉਣਾ ਪੰਜਾਬ ਨੂੰ, ਉਹ ਦੂਜੀ ਗੱਲ, ਅਪਣਾਓ ਪੰਜਾਬ ਨੂੰ, ਪੰਜਾਬ ਦੇ ਲਈ ਜਿੰਨੀ ਸੇਵਾ ਹੋ ਸਕਦੀ ਆ ਕਰੋ, ਤੇ ਪੰਜਾਬ, ਪੰਜਾਬੀਅਤ ਤੇ ਦੇਸ਼ ਨੂੰ ਅੱਗੇ ਲੈ ਕੇ ਵਧੋ ਜੀ। ਬਹੁਤ ਬਹੁਤ ਧੰਨਵਾਦ ਬਾਈ ਫਤਿਹ, ਸਾਡੇ ਨਾਲ ਗੱਲਬਾਤ ਕਰ ਰਹੇ ਸੀਗੇ। ਮੂਸੇਵਾਲਾ ਦੇ ਗੀਤ ਵਿੱਚ ਉਹਨਾਂ ਨੇ ਪੰਜਾਬੀਆਂ ਦੇ ਸਾਹਮਣੇ ਹੀਰਾ ਪੇਸ਼ ਕੀਤਾ। ਗੱਲਾਂ ਬਾਤਾਂ ਵੀ ਤੁਸੀਂ ਸੁਣੀਆਂ, ਪੰਜਾਬ ਪੱਖੀ ਨੇ, ਪੰਜਾਬ ਨੂੰ ਬਦਲਣ ਦੀ ਤਾਂਘ ਹੈ, ਤੇ ਉਮੀਦ ਕਰਦਾ ਕਿ ਤੁਸੀਂ ਇਸ ਇੰਟਰਵਿਊ ਤੋਂ ਬਹੁਤ ਕੁਝ ਸਿੱਖਿਆ ਹੋਊਗਾ, ਤੇ ਬਾਈ ਦੇ ਨਾਲ ਪੱਕੇ ਤੌਰ ਤੇ ਜੁੜੋਗੇ ਇਹਨਾਂ ਦਾ ਚੈਨਲ ਸਬਸਕ੍ਰਾਈਬ ਕਰਕੇ। ਆਪਣੇ ਸਹਿਯੋਗੀ ਰਵੀ ਸ਼ੰਕਰ ਦੇ ਨਾਲ ਕਰਨ ਸ਼ਰਮਾ, ਅੱਖਰ ਦੇ ਲਈ।